ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਕਉ ਪ੍ਰਭੂ ਨਾਨਕ ਦੇ ਘਰ ਹੱਥ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਸਨ ਕਿ ਕੰਬਰ ਵੇਗ ਦਾ ਤੇ ਜੋਧ ਸ਼ਾਹ ਦਾ ਲਗਾਤਾਰ ਯੁੱਧ ਹੋ ਰਿਹਾ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਉਤ ਕੰਬਰ ਬੇਗਰ ਜੋਧ ਬਲੀ ਸਰ ਛੋੜਨ ਕੀ ਬਿਦ ਜਾਨ ਭਲੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੰਬਰ ਬੇਗ ਤੇ ਜੋਧ ਸ਼ਾਹ ਦੋਵੇਂ ਹੀ ਤੀਰ ਵਿਦਿਆ ਤੋਂ ਬਹੁਤ ਜ਼ਿਆਦਾ ਜਾਣੂ ਨੇ, ਭਾਵ ਕਿ ਤੀਰ ਅੰਦਾਜ਼ ਦੋਵੇਂ ਬੜੇ ਸੋਹਣੇ। ਰੋਸ ਪਰੇ ਲਲਕਾਰ ਤਹਿ ਪਟ ਅਗਰ ਵਧੈ ਤਿਸ ਮਾਰਤ ਹੈ। ਰੋਸ ਨੂੰ ਗੁੱਸੇ ਨੂੰ ਧਾਰਨ ਕਰਕੇ ਆਪੋ ਆਪਣੇ ਤੀਰਾਂ ਦਾ ਪ੍ਰਹਾਰ ਕਰਦੇ ਨੇ ਤੇ ਜਿਹੜੇ ਸੂਰਮੇ ਅੱਗੇ ਵੱਧਦੇ ਨੇ ਉਹਨਾਂ ਨੂੰ ਤੀਰ ਮਾਰਦੇ ਨੇ। ਜਿਸ ਕੇ ਤਨ ਮੇ ਤੱਕ ਮਾਰਤ ਹੈ ਬਿਨ ਪ੍ਰਾਣ ਕਰੇ ਤਰ ਡਾਰਤ ਹੈ। ਕਵੀ ਜੀ ਲਿਖਦੇ ਨੇ ਕਿ ਜੋਧ ਸ਼ਾਹ ਦੇ ਵੱਲੋਂ ਜਾਂ ਫਿਰ ਕੰਬਲ ਵੇਗ ਦੇ ਵੱਲੋਂ ਜਿਹੜਾ ਵੀ ਤੀਰ ਚੱਲਦਾ ਹੈ ਉਹ ਜਦੋਂ ਵੀ ਅੱਗੇ ਜਾ ਕੇ ਵੱਜਦਾ ਹੈ ਤੇ ਵੱਜਣ ਵਾਲੇ ਨੂੰ ਉਹ ਜਿੰਦਾ ਨਹੀਂ ਛੱਡਦਾ, ਉਹ ਮਾਰ ਕੇ ਧਰਤੀ ਤੇ ਡਿੱਗ ਦਿੰਦਾ। ਲਗ ਤੀਰ ਸ਼ਰੀਰਨ ਫੋਰਤ ਹੈ ਕਰ ਸ਼ੀਘਰ ਖਤੰਗਣ ਛੋਰਤ ਹੈ। ਇਸ ਤਰੀਕੇ ਦੇ ਨਾਲ ਤੀਰ ਲੱਗਣ ਦੇ ਨਾਲ ਸੂਰਮਿਆਂ ਦੇ ਜਿਹੜੇ ਸਰੀਰ ਨੇ ਉਹ ਟੁੱਟਦੇ ਜਾ ਰਹੇ ਨੇ, ਖਤੰਗਾਂ ਦੀ ਤੀਰਾਂ ਦੀ ਸ਼ੀਘਰਤਾ ਦੇ ਨਾਲ ਦੋਵੇਂ ਪਾਸਿਓਂ ਮਾਰ ਹੋ ਰਹੀ। ਜਿਮ ਜੋਧ ਪ੍ਰਹਾਰਤ ਬਾਣ ਕਨੇ ਤਿਮ ਕੰਬਰ ਬੇਗ ਬਿਸਾਲ ਹਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਜੋਧ ਸ਼ਾਹ ਨੇ ਤੀਰਾਂ ਦਾ ਪ੍ਰਹਾਰ ਕਰਕੇ ਵੈਰੀਆਂ ਨੂੰ ਮਾਰਿਆ, ਇਸੇ ਤਰੀਕੇ ਦੇ ਨਾਲ ਕੰਬਰ ਬੇਗ ਨੇ ਵੀ ਬਹੁਤ ਸਾਰੇ ਤੀਰ ਚਲਾਏ ਨੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਸਤਿਗੁਰਾਂ ਦੇ ਜਿਹੜੇ ਯੋਧੇ ਨੇ ਨਾ ਉਹ ਵੀ ਨਾਸ ਹੋ ਗਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ ਇਸ ਜੰਗ ਨੂੰ।
ਦੋ ਸ਼ੇਰ ਮੈਦਾਨ ਦੇ ਵਿੱਚ ਜੁਟੇ, ਇੱਕ ਉਮਰ ਤੇ ਹਾਣ ਜਵਾਨ, ਦੋਵੇਂ ਵੀਰ ਵਿਦਿਆ ਵਿੱਚ ਕਮਾਲ ਆਹੇ, ਪਹਿਲਾਂ ਲੜੇ ਲੈ ਤੀਰ ਕਮਾਨ, ਦੋਵੇਂ ਤੇਗੀ ਉਤਰੇ ਅੰਤ ਨੂੰ ਖਾਏ ਗੁੱਸਾ, ਇੱਕ ਦੂਜੇ ਤੋਂ ਵੱਧ ਬਲਵਾਨ, ਦੋਵੇਂ ਜਿਵੇਂ ਘੜ ਦੇ ਬੈਠ ਠਠਿਆਰ ਪਾਂਡੇ, ਤੇਗਾਂ ਢਾਲਾਂ ਉੱਤੇ ਖੜਕਾਣ, ਦੋਵੇਂ ਇੱਕ ਦੂਜੇ ਦੇ ਵਾਰ ਨੂੰ ਚੱਲ ਲੈਂਦੇ, ਇੱਕ ਦੂਜੇ ਤੋਂ ਫੱਟ ਨਾ ਖਾਣ, ਦੋਵੇਂ ਭੇੜੇ ਸ਼ੇਰਾਂ ਦੇ ਵਾਂਗ ਕਰਤਾਰ ਸਿੰਘਾ, ਕਰ ਗਜ਼ਬ ਦੇ ਹੁਨਰ ਦਿਖਾਣ, ਦੋਵੇਂ। ਕਰਤਾਰ ਸਿੰਘ ਜੀ ਕਲਾਸ ਵੇਲੇ ਲਿਖਦੇ ਨੇ ਕਿ ਦੋਵੇਂ ਸ਼ੇਰ ਭੇੜੇ ਨੇ ਇੱਕ ਦੂਜੇ ਦੇ ਨਾਲ, ਤੇ ਹੈਰਾਨ ਕਰਨ ਵਾਲੇ ਜਿਹੜੇ ਲੜਾਈ ਦੇ ਹੁਨਰ ਨੇ ਨਾ, ਉਹਨਾਂ ਨੂੰ ਕਰਕੇ ਦਿਖਾ ਰਹੇ ਨੇ। ਤਬ ਜੋਧ ਕੋ ਪਿਓ ਨਾ ਸਹਾਰ ਸਕਿਓ, ਦ੍ਰਿਗ ਲਾਲ ਕਰੇ ਆਰੇ ਔਰ ਤਕਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋਧ ਸ਼ਾਹ ਬਹੁਤ ਹੀ ਜ਼ਿਆਦਾ ਗੁੱਸੇ ਦੇ ਨਾਲ ਭਰਿਆ ਹੈ, ਆਪਣੀ ਅੱਖਾਂ ਨੂੰ ਗੁੱਸੇ ਦੇ ਨਾਲ ਉਹਨੇ ਲਾਲ ਕੀਤਾ ਹੈ, ਤੇ ਆਪਣੇ ਵੈਰੀ ਕੰਬਰ ਬੇਗ ਦੇ ਵੱਲ ਉਹਨੇ ਤੱਕਿਆ। ਨਿਜ ਸੇਵਕ ਤੇ ਖਰ ਸਾਂਗ ਲਈ, ਜਿਸ ਮੈਂ ਬਹੁ ਭਾਰਤ ਲੋਹ ਮਈ। ਜੋਧ ਸ਼ਾਹ ਨੇ ਆਪਣੇ ਇੱਕ ਸੇਵਕ ਦੇ ਹੱਥੋਂ ਤਿੱਖੀ ਜਿਹੜੀ ਬਰਛੀ ਹੈ ਉਸ ਨੂੰ ਲਿਆ ਹੈ, ਜਿਸ ਮੈਂ ਬਹੁ ਭਾਰ ਹੈ ਲੋਹ ਮਈ, ਜਿਹੜੀ ਸਾਰੀ ਦੀ ਸਾਰੀ ਬਰਛੀ ਲੋਹੇ ਦੇ ਨਾਲ ਮਣੀ ਹੋਈ। ਨਿਜ ਹੱਥ ਗਹੀ ਬਹੁ ਤੋਲਤ ਹੈ, ਥਿਤ ਹੋ ਅਬੈ ਰਿਸ ਬੋਲਤ ਹੈ। ਉਸ ਬਰਛੀ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਤੋਲਿਆ ਹੈ ਜੋਧ ਸ਼ਾਹ ਨੇ, ਤੇ ਫਿਰ ਕੰਬਰ ਬੇਗ ਨੂੰ ਸੁਣਾ ਕੇ ਕਹਿੰਦਾ, ਥਿਤ ਹੋ ਅਬੈ, ਕਿ ਹੁਣ ਤੂੰ ਜਰਾ ਰੁਕ ਜਾ। ਬਲਵਾਨ ਤੁਰੰਗਮ ਤੇਜ ਕੀਓ, ਦਿਸ਼ਕੰਬਰ ਬੇਗ ਛੋੜ ਦਇਓ। ਆਪਣੇ ਤਾਕਤ ਵਾਲੇ ਘੋੜੇ ਨੂੰ ਜਰਾ ਤੇਜ ਕੀਤਾ ਹੈ, ਤੇ ਕੰਬਰ ਬੇਗ ਦੇ ਵੱਲ ਘੋੜਾ ਖੜੇ। ਗਰਵੀ ਖਰ ਸਾਂਗ ਸੰਭਾਰ ਲਈ, ਜਬ ਨੇਰ ਪਇਓ ਬਹੁ ਊਚ ਕਈ। ਆਪਣੀ ਭਾਰੀ ਤੇ ਤਿੱਖੀ ਜਿਹੜੀ ਬਰਛੀ ਸੀ ਉਸ ਨੂੰ ਜੋਧ ਸ਼ਾਹ ਨੇ ਸੰਭਾਲਿਆ ਹੋਇਆ। ਜਦੋਂ ਹੀ ਕੰਬਰ ਬੇਗ ਦੇ ਲਾਗੇ ਘੋੜਾ ਪਹੁੰਚਿਆ ਜੋਧ ਸ਼ਾਹ ਦਾ, ਤੇ ਫਿਰ ਉਸ ਬਰਛੀ ਨੂੰ ਉੱਚਾ ਚੁੱਕਿਆ ਜੋਧ ਸ਼ਾਹ ਨੇ। ਤਬ ਕੰਬਰ ਬੇਗ ਨਾ ਪਾਛ ਮੁਰਿਓ, ਹੋਏ ਸਮਖ ਕੋ ਨਿਜ ਯੋਜ ਕਰਿਓ। ਪਰ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਕੰਬਰ ਬੇਗ ਵੀ ਡਰ ਕੇ ਪਿਛਾ ਨਹੀਂ ਮੁੜਿਆ, ਸਾਹਮਣੇ ਹੀ ਆਪਣੀ ਤਾਕਤ ਨੂੰ ਵਿਖਾਉਣ ਦੇ ਵਾਸਤੇ ਵਧੇ। ਕਰਵਾਰ ਨਿਕਾਰਤ ਨੰਗ ਕਰੀ, ਬਹੁ ਕੀਮਤ ਲੋਹ ਪੁਲਾਦ ਖਰੀ। ਕੰਬਰ ਬੇਗ ਨੇ ਆਪਣੀ ਤਿੱਖੀ ਜਿਹੜੀ ਤਲਵਾਰ ਹੈ ਉਸ ਨੂੰ ਮਿਆਨ ਦੇ ਵਿੱਚੋਂ ਬਾਹਰ ਕੱਢਿਆ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜੀ ਤਲਵਾਰ ਬੜੀ ਕੀਮਤੀ ਸੀ ਔਰ ਇਸ ਤੋਂ ਇਲਾਵਾ ਫੌਲਾਦੀ ਲੋਹੇ ਦੀ ਬਣੀ ਹੋਈ ਸੀ। ਅਟਕੈ ਨਾ ਲੱਗੀ ਕਟ ਜਾਤ ਆਇਆ, ਚਿਤ ਚਾਹਤ ਭਾਰਤ ਘਾਤ ਕੀਆ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਤਲਵਾਰ ਹੈ ਜਿਹੜੀ ਕਿ ਕੱਟ ਦਿੰਦੀ ਹੈ ਵੈਰੀ ਨੂੰ, ਕਿਤੇ ਵੀ ਰੁਕਦੀ ਨਹੀਂ ਹੈ।
ਚਿਤ ਚਾਹਤ ਪਾਰ ਨਿਰਪਘਾਤ ਕੀਆ। ਭਾਵ ਕੇ ਚਿੱਤ ਦੇ ਵਿੱਚ ਕਮਰ ਬੇਗ ਨੇ ਇਹ ਚਾਹ ਕੀਤੀ ਹੈ ਕਿ ਮੈਂ ਆਪਣੇ ਵੈਰੀ ਜੋਤ ਸ਼ਾਹ ਨੂੰ ਇਸ ਤਲਵਾਰ ਦਾ ਵਾਰ ਕਰਕੇ ਮਾਰ ਦਿਆਂ। ਤਬ ਲਓ ਜਬ ਜੋਦ ਸੰਭਾਰ ਕਨੋ ਖਰ ਸਾਗ ਦਈ ਤੇਹ ਗਾਤ ਹਨੋ। ਪਰ ਇਸ ਤੋਂ ਪਹਿਲਾਂ ਕਿ ਵਾਰ ਕਰਦਾ ਕੰਬਰ ਬੇਗ ਆਪਣੀ ਤਲਵਾਰ ਦਾ ਪਹਿਲਾਂ ਹੀ ਬਲ ਦੇ ਨਾਲ ਤਾਕਤ ਦੇ ਨਾਲ ਜੋਤ ਸ਼ਾਹ ਨੇ ਆਪਣੀ ਤਿੱਖੀ ਬਰਛੀ ਦਾ ਪ੍ਰਹਾਰ ਕਰ ਦਿੱਤਾ ਕੰਬਰ ਬੇਗ ਦੇ ਉੱਤੇ। ਤਨ ਬੇਦਤ ਕਹਿ ਤਬ ਪਾਰ ਪਰੀ ਨਿਕਸੀ ਬਿਕਸੀ ਬਹੁ ਸ਼੍ਰੋਣ ਭਰੀ। ਕੰਬਰ ਬੇਗ ਦੇ ਸਾਰੇ ਸਰੀਰ ਨੂੰ ਵਿੰਨ ਕੇ ਜਿਹੜੀ ਬਰਛੀ ਹੈ ਉਹ ਦੂਸਰੇ ਪਾਰ ਨਿਕਲ ਗਈ ਹੈ। ਕਵੀ ਜੀ ਲਿਖਦੇ ਨੇ ਕਿ ਜਦੋਂ ਬਰਛੀ ਦੂਸਰੇ ਪਾਰ ਨਿਕਲੀ ਹੈ ਤੇ ਬਰਛੀ ਖੂਨ ਦੇ ਨਾਲ ਭਰੀ ਹੋਈ। ਚੁੱਕ ਚੁੱਕ ਚੜਾਕ ਪਰਿਓ ਤਰ ਮੈਂ ਰਹਿ ਗਈ ਤਲਵਾਰ ਗਹੀ ਕਰਮ। ਕਵੀ ਜੀ ਲਿਖਦੇ ਨੇ ਕਿ ਕੰਬਰ ਬੇਗ ਝੁੱਕ ਕੇ ਧੜਾ ਕਰਕੇ ਧਰਤੀ ਦੇ ਉੱਤੇ ਡਿੱਗ ਪਿਆ। ਜਿਹੜੀ ਉਸਨੇ ਆਪਣੀ ਤਲਵਾਰ ਹੱਥ ਦੇ ਵਿੱਚ ਫੜੀ ਹੋਈ ਸੀ ਉਹ ਫੜੀ ਦੀ ਫੜੀ ਰਹਿ ਗਈ। ਇਸ ਤਰੀਕੇ ਦੇ ਨਾਲ ਕੰਬਰ ਬੇਗ ਨੂੰ ਮਾਰ ਦਿੱਤਾ ਜੋ ਛਾਣ। ਵਜ ਢਾਲ ਤੇ ਜੋਧ ਦੀ ਤੇਗ ਟੁੱਟੀ ਕਮਰ ਬੇਗ ਆਇਆ ਤੇਜ ਹੋ ਛੇਤੀ। ਕੀਤਾ ਵਾਰ ਉਲਾਰ ਕੇ ਜ਼ੋਰ ਦਾਸੀ ਨੇੜੇ ਜੋਧ ਦੇ ਪੈਂਤੜਾ ਢੋ ਛੇਤੀ। ਜੋਧ ਝੱਟ ਹੀ ਪੈਂਤੜਾ ਬਦਲ ਗਿਆ ਤੇਗ ਗਈ ਗਿੱਟੇ ਉੱਤੇ ਛੋ ਛੇਤੀ। ਛਾਂਗ ਗਈ ਗਿੱਟਾ ਸੱਜੇ ਪੈਰ ਦਾਇਓ ਕਮਰ ਬੇਗ ਤਾਂ ਗਿਆ ਖਲੋ ਛੇਤੀ। ਸਾਂਗ ਸਾਥੀ ਤੋਂ ਲੈ ਕੇ ਜੋਧ ਮਾਰੀ ਸਾਂਗ ਸਾਥੀ ਤੋਂ ਲੈ ਕੇ ਜੋਧ ਮਾਰੀ ਕਮਰ ਬੇਗ ਨੂੰ ਲਿਆ ਪਰੋ ਛੇਤੀ। ਚੁੱਕ ਵਾਂਗ ਗੁਹੀਰੇ ਕਰਤਾਰ ਸਿੰਘਾ ਗੁਰਾਂ ਪਾਸ ਤਰਿਆ ਲਿਆ ਛੇਤੀ। ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਤਿੱਖੀ ਸਾਂਗ ਦੇ ਨਾਲ ਤਿੱਖੀ ਬਰਛੀ ਦੇ ਨਾਲ ਜੋਧ ਸ਼ਾਹ ਨੇ ਕਮਰ ਬੇਗ ਦੇ ਸਰੀਰ ਨੂੰ ਪਰੋ ਲਿਆ। ਇਸ ਤਰੀਕੇ ਦੇ ਨਾਲ ਕੰਬਰ ਬੇਗ ਨੂੰ ਮਾਰ ਦਿੱਤਾ ਗਿਆ। ਗਰ ਵੀ ਖਰ ਸਾਂਗ ਨਿਕਾਸ ਲਈ ਕਰ ਜੋਧ ਤਰੀ ਛਬ ਦੇਤ ਪਈ। ਕਵੀ ਜੀ ਲਿਖਦੇ ਨੇ ਕਿ ਜਦੋਂ ਹੀ ਆਪਣੀ ਬਰਛੀ ਨੂੰ ਬਾਹਰ ਕੱਢਿਆ ਹੈ ਉਸ ਕੰਬਰ ਬੇਗ ਦੇ ਸਰੀਰ ਤੋਂ ਕਿਸ ਤਰ੍ਹਾਂ ਦੀ ਸੋਭਾ ਬਰਛੀ ਦੇ ਰਹੀ ਹੈ ਉਸਦਾ ਕਵੀ ਜੀ ਪ੍ਰਮਾਣ ਦਿੰਦੇ ਨੇ। ਲਿਖਦੇ ਨੇ ਤਨ ਲਾਲ ਵਿਸਾਲ ਕਰਾਲ ਸਹੀ ਲਸ਼ਕੈ ਜਨ ਨਾਗਣ ਲਾਹ ਲਹੀ। ਸਾਰਾ ਦਾ ਸਾਰਾ ਜਿਹੜਾ ਲਹੂ ਦੇ ਨਾਲ ਸਰੀਰ ਹੈ ਉਹ ਕੰਬਰ ਬੇਗ ਦਾ ਲਿਬੜਿਆ ਹੋਇਆ ਤੇ ਭਿਆਨਕ ਦਿਸਦਾ ਹੈ। ਲਸ਼ਕੈ ਜਨ ਨਾਗਣ ਲਾਹ ਲਹੀ। ਇਸ ਤੋਂ ਇਲਾਵਾ ਕੰਬਰ ਬੇਗ ਦਾ ਤਨ ਡਾਢਾ ਭਿਆਨਕ ਤੇ ਲਾਲ ਹੈ। ਉਸ ਨਾਲੋਂ ਮਨ ਨੂੰ ਨਾਗਣ ਖਿੱਚ ਕੇ ਉਤਾਰੀ ਹੋਈ ਲਿਸ਼ਕ ਰਹੀ ਹੈ। ਇਹ ਜੋ ਜੋਧ ਸ਼ਾਹ ਦੇ ਹੱਥ ਦੇ ਵਿੱਚ ਸਾਂਗ ਧੋ ਕੇ ਜ਼ਖਮ ਵਿੱਚੋਂ ਕੱਢੀ ਹੋਈ ਹੈ ਫੜੀ ਹੋਈ ਹੈ ਉਹ ਇਸ ਤਰ੍ਹਾਂ ਦੀ ਲੱਗ ਰਹੀ। ਸਭ ਹੁਣ ਬਿਲੋਕਤ ਮਾਰ ਲਿਓ ਨਾ ਬਚਾਵਣ ਕੋ ਸਮਰੱਥ ਪਇਓ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਜੋਧ ਸ਼ਾਹ ਨੇ ਕੰਬਰ ਬੇਗ ਨੂੰ ਮਾਰ ਦਿੱਤਾ ਕੋਈ ਵੀ ਉਸ ਨੂੰ ਬਚਾਉਣ ਦੇ ਵਾਸਤੇ ਸਮਰੱਥ ਨਾ ਹੋਇਆ।
ਤੁਰ ਕਾਣ ਚਮੂ ਪਿਖ ਕੋਪ ਕੀਓ ਗਨ ਆਣ ਪਰੇ ਉਤ ਸਾਹਿਓ। ਉਸ ਵੇਲੇ ਬਹੁਤੇ ਸਾਰੇ ਤੁਰਕ ਕ੍ਰੋਧ ਨੂੰ ਧਾਰਨ ਕਰਕੇ ਜੋਸ਼ਾਂ ਨੂੰ ਫੜਨਦੇ ਵਾਸਤੇ ਉਤਸ਼ਾਹ ਦੇ ਨਾਲ ਅੱਗੇ ਵਧੇ। ਜਹਾਂ ਕੰਬਰ ਬੇਗ ਪਰਿਓ ਗਿਰ ਕੈ ਤਹਿਲੋ ਪਹੁੰਚੇ ਬਲ ਸੋਂ ਲੜਕੈ। ਜਿੱਥੇ ਕਿ ਕੰਬਰ ਬੇਗ ਨੂੰ ਮਾਰਿਆ ਗਿਆ ਸੀ ਉਸ ਜਗ੍ਹਾ ਦੇ ਉੱਤੇ ਜੂਝਦੇ ਹੋਏ ਕੰਬਰ ਬੇਗ ਦੇ ਸਾਥੀ ਲੜਕੇ ਪਹੁੰਚ ਗਏ ਨੇ। ਬਹੁ ਕੀਨਸ ਮਾਰ ਤੁਫੰਗਣ ਕੀ ਬਰਖਾ ਬਰਖਾਇਵ ਖਤੰਗਣ ਕੀ। ਉਸ ਵੇਲੇ ਤੁਰਕਾਂ ਦੇ ਵੱਲੋਂ ਬਹੁਤੀਆਂ ਸਾਰੀਆਂ ਬੰਦੂਕਾਂ ਚਲਾਈਆਂ ਗਈਆਂ ਨੇ, ਇਸ ਤੋਂ ਇਲਾਵਾ ਤੀਰਾਂ ਦੀ ਵੀ ਵਰਖਾ ਕੀਤੀ ਗਈ। ਇੱਕ ਬਾਰ ਹੈ ਓਰੜ ਆਣ ਪਰੇ ਪਟ ਜੂਜਤ ਆਯਦ ਮਾਰ ਗਿਰੇ। ਇੱਕ ਵਾਰ ਦੋਵਾਂ ਪਾਸਿਆਂ ਤੋਂ ਫਿਰ ਤੋਂ ਵੱਡੀ ਮਾਰ ਮੱਚੀ ਹੈ, ਜਿਸ ਵਿੱਚ ਜੂਝਦੇ ਹੋਏ ਸ਼ਸਤਰਾਂ ਦੇ ਨਾਲ ਬਹੁਤ ਸਾਰੇ ਸੂਰਮੇ ਡਿੱਗ ਪਏ। ਬਲਵਾਨ ਤੁਰੰਗਮ ਜੋਧ ਤਰੇ ਹਰੀ ਮਾਰਨ ਕੇ ਗਨ ਕਾਮ ਕਰੇ। ਜੋਧ ਸ਼ਾਹ ਦੇ ਥੱਲੇ ਬਹੁਤ ਬਲੀ ਉਸਦਾ ਘੋੜਾ ਹੈ, ਜਿਹੜਾ ਕਿ ਇੱਧਰ ਉੱਧਰ ਦੌੜ ਕੇ ਬਹੁਤੇ ਸਾਰੇ ਕੰਮ ਨੂੰ ਸਵਾਰ ਰਿਹਾ, ਭਾਵ ਕਿ ਵੈਰੀਆਂ ਨੂੰ ਮਾਰਨ ਦੇ ਵਾਸਤੇ ਜੋਧ ਸ਼ਾਹ ਦੀ ਮਦਦ ਦੇ ਰਿਹਾ। ਵਿੱਚ ਜੰਗ ਫਿਰੇ ਜਿਮ ਨਾਚਤ ਹੈ ਅਸਵਾਰ ਕਹੇ ਮੈਂ ਬਾਚਤ ਹੈ। ਜੰਗ ਦੇ ਵਿੱਚ ਘੋੜਾ ਫਿਰ ਕੇ ਨੱਚ ਰਿਹਾ ਹੈ। ਅਸਵਾਰ ਕਹੇ ਮੈਂ ਬਾਚਤ ਹੈ ਕਹਿਣ ਤੋਂ ਪਾਵੇ ਹੈ ਕਿ ਅਸਵਾਰ ਦੇ ਕਹੇ ਦੇ ਵਿੱਚ ਵਿਚਰਦਾ ਹੈ, ਭਾਵ ਕਿ ਜਿਹਨੇ ਸਵਾਰੀ ਕੀਤੀ ਹੈ ਉਹਦੀ ਮਰਜ਼ੀ ਦੇ ਮੁਤਾਬਕ ਘੋੜਾ ਚੱਲਦਾ। ਗੁਲ ਕਾਂ ਗਨ ਲਾਗ ਸਰੀਰ ਗਈ ਗਣ ਅੰਗਣ ਪਾਂਗਣ ਪਾਰ ਪਈ। ਉਸ ਘੋੜੇ ਦੇ ਜਿਹੜਾ ਕਿ ਜੋਧ ਸ਼ਾਹ ਦਾ ਘੋੜਾ ਹੈ ਬਹੁਤੀਆਂ ਸਾਰੀਆਂ ਗੋਲੀਆਂ ਲੱਗੀਆਂ ਨੇ। ਗਣ ਅੰਗਣ ਪੰਗਤ ਪਾਰ ਪਈ, ਭਾਵ ਕੇ ਘੋੜੇ ਦੇ ਅੰਗਾਂ ਨੂੰ ਤੋੜਦੀਆਂ ਹੋਈਆਂ ਗੋਲੀਆਂ ਦੂਸਰੀ ਤਰਫ ਨਿਕਲ ਗਈਆਂ। ਇੱਕ ਪਾਲ ਲੱਗੀ ਰਨ ਸਮਖ ਤੇ ਤਜ ਦੇਹ ਗਏ ਛੁਟਕੈ ਦੁੱਖ ਤੇ। ਇੱਕ ਗੋਲੀ ਆਣ ਕੇ ਜੋਧ ਸ਼ਾਹ ਦੇ ਘੋੜੇ ਦੇ ਮੱਥੇ ਦੇ ਵਿੱਚ ਸਾਹਮਣੇ ਆਣ ਕੇ ਲੱਗੀ ਹੈ, ਜਿਸ ਗੋਲੀ ਦੇ ਲੱਗਣ ਦੇ ਨਾਲ ਘੋੜਾ ਉਸੇ ਵੇਲੇ ਡਿੱਗ ਪਿਆ ਮਰ ਗਿਆ। ਦੜ ਪੂਮ ਗਿਰਿਓ ਨਹੀਂ ਪ੍ਰਾਣ ਰਹੇ ਤਬ ਜੋਧ ਸੰਵਾਰ ਤਿਓਜ ਲਹੇ। ਦੜ ਕਰਦਾ ਧਰਤੀ ਦੇ ਉੱਤੇ ਜੋਧ ਸ਼ਾਹ ਦਾ ਘੋੜਾ ਡਿੱਗ ਪਿਆ ਹੈ, ਮਰ ਗਿਆ ਹੈ। ਉਸੇ ਵੇਲੇ ਜੋਧ ਸ਼ਾਹ ਨੇ ਆਪਣੇ ਆਪ ਦੇ ਸਰੀਰ ਦੀ ਸੰਭਾਲ ਕੀਤੀ। ਪਿਖ ਸ੍ਰੀ ਹਰ ਗੋਬਿੰਦ ਸ਼ੀਕਰ ਕਹਿਓ ਅਸ ਕਾਬਲ ਬੇਗ ਸਮੀਪ ਲਹਿਓ। ਜਦੋਂ ਦੇਖਿਆ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਿ ਜੋਧ ਸ਼ਾਹ ਦਾ ਘੋੜਾ ਮਰ ਗਿਆ ਹੈ, ਲਾਗੇ ਹੀ ਸਤਿਗੁਰਾਂ ਦੇ ਇੱਕ ਘੋੜਾ ਖਲੋਤਾ ਸੀ, ਜਿਹੜਾ ਘੋੜਾ ਸੀ ਕਾਬਲ ਬੇਗ ਦਾ ਸੱਖਣਾ। ਦੇਹ ਜਾ ਹੋਇਆ ਬੇਅਸਵਾਰ ਕਰੋ ਰਣ ਖੇਤ ਰੁਪਿਓ ਪਗ ਨਾਹੇ ਟਰੋ। ਇੱਕ ਸਿੱਖ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਇਹ ਜਿਹੜਾ ਕਾਬਲ ਬੇਗ ਦਾ ਘੋੜਾ ਸੱਖਣਾ ਖਲੋਤਾ ਹੈ, ਇਹ ਜਾ ਕੇ ਜੋਧ ਸ਼ਾਹ ਨੂੰ ਦੇ ਦੇਵੋ ਔਰ ਜੋਧ ਸ਼ਾਹ ਨੂੰ ਆਖੋ ਕਿ ਇਸ ਘੋੜੇ ਦੀ ਸਵਾਰੀ ਕਰੇ, ਆਪਣੇ ਪੈਰਾਂ ਨੂੰ ਪਿਛਾਣਾ ਕਰੇ। ਤਬ ਸੇਵਕ ਦੌਰ ਗਇਓ ਤਹਿਵਾ ਨਿਜ ਸੈਨ ਸੁਜੋਧ ਖਰੋ ਜਹਿਵਾ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸੇਵਕ ਘੋੜੇ ਨੂੰ ਲੈ ਕੇ ਉੱਥੇ ਪਹੁੰਚੇ ਜਿੱਥੇ ਕਿ ਜੋਧ ਸ਼ਾਹ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਖਲੋ ਕੇ ਵੈਰੀ ਦੀ ਸੈਨਾ ਦੇ ਨਾਲ ਯੁੱਧ ਕਰ ਰਿਹਾ ਸੀ। ਤਤਕਾਲ ਚੜੋ ਨਹੀਂ ਦੇਰ ਕਰੋ, ਗੁਰ ਕੀਨ ਕਿਰਪਾ ਔਰ ਧਿਆਨ ਧਰੋ। ਸੇਵਕ ਨੇ ਜੋਧ ਸ਼ਾਹ ਨੂੰ ਜਾ ਕੇ ਆਖਿਆ ਕਿ ਤਤਕਾਲ ਹੀ ਤੁਸੀਂ ਇਸ ਘੋੜੇ ਦੀ ਅਸਵਾਰੀ ਕਰ ਲਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਤੁਹਾਨੂੰ ਇਸ ਤਰ੍ਹਾਂ ਦਾ ਹੁਕਮ ਕੱਲਿਆ ਕਿ ਘੋੜੇ ਤੇ ਚੜ ਕੇ ਤੁਸੀਂ ਲੜਾਈ ਕਰੋ। ਸੁਣਿਆ ਇਸ ਬੰਧਨ ਯੋਧ ਕਰੀ, ਹੈ ਪਾਏ ਨਮੋ ਕਰ ਬਾਗ ਤਰੀ। ਸੁਣ ਕੇ ਜੋਧ ਸ਼ਾਹ ਨੇ ਦੂਰੋਂ ਹੀ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਘੋੜੇ ਨੂੰ ਵੀ ਨਮਸਕਾਰ ਕਰਕੇ ਉਸ ਦੇ ਬਾਗ ਨੂੰ ਫੜ ਕੇ ਘੋੜੇ ਦੇ ਉੱਤੇ ਚੜ ਗਏ। ਚੜ ਸ਼ੀਘਰ ਤਿਸੀ ਥਲ ਫੇਰਨ ਕੈ, ਹਥਿਆਰਨ ਕੇ ਹਿਤ ਪ੍ਰੇਰਨ ਕੈ। ਚੜ ਕੇ ਘੋੜੇ ਦੇ ਉੱਤੇ ਸ਼ੀਘਰਤਾ ਦੇ ਨਾਲ ਉਹਨੂੰ ਇੱਧਰ ਉੱਧਰ ਫੇਰਨ ਲੱਗਾ ਤੇ ਵੈਰੀਆਂ ਦੇ ਉੱਤੇ ਹਥਿਆਰਾਂ ਦਾ ਪ੍ਰਹਾਰ ਲਗਾਤਾਰ ਕਰਦਾ ਗਿਆ। ਮਨ ਮੋਦ ਪਯੋ ਹੱਥ ਤੀਰਨ ਕੋ, ਗਨ ਬੇਦ ਤਬੀਰ ਸਰੀਰਨ ਕੋ। ਜਦੋਂ ਜੋਧ ਸ਼ਾਹ ਦੇ ਵੱਲੋਂ ਚਲਾਏ ਹੋਏ ਬਹੁਤੇ ਸਾਰੇ ਤੀਰ ਵੈਰੀਆਂ ਨੂੰ ਜਾ ਕੇ ਲੱਗੇ ਨੇ ਤੇ ਵੈਰੀ ਮਰੇ ਨੇ, ਇਸ ਰੀਤੀ ਨੂੰ ਦੇਖ ਕੇ ਜੋਧ ਸ਼ਾਹ ਮਨ ਹੀ ਮਨ ਦੇ ਵਿੱਚ ਬੜਾ ਪ੍ਰਸੰਨ ਹੋਇਆ। ਗੁਰ ਕੀ ਦਿਸ਼ ਤੇ ਅਸ ਬ੍ਰਿੰਦ ਮਰੇ, ਤੁਰ ਕਾਨਨ ਕੇ ਤਿਮ ਵੀਰ ਪਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਪਾਸਿਓਂ ਵੀ ਬਹੁਤੇ ਸਾਰੇ ਸੂਰਮਿਆਂ ਦੇ ਘੋੜੇ ਮਰੇ ਨੇ, ਦੂਸਰੇ ਪਾਸੇ ਜਿਹੜੇ ਤੁਰਕ ਨੇ ਉਹ ਵੀ ਬਹੁਤੇ ਸਾਰੇ ਮਰੇ ਨੇ, ਔਰ ਉਹਨਾਂ ਦੇ ਵੀ ਘੋੜੇ ਖਾਲੀ ਹਿਣਕਦੇ ਫਿਰਦੇ। ਤਿੰਨ ਕੇਰ ਤੁਰੰਗ ਮਤਾਏ ਗਏ, ਅਸਵਾਰ ਪਏ ਰਣ ਫੇਰ ਚਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਤੁਰਕ ਮਾਰੇ ਜਾ ਚੁੱਕੇ ਸਨ, ਜਿਨ੍ਹਾਂ ਦੇ ਘੋੜੇ ਖਾਲੀ ਅਸਵਾਰ ਤੋਂ ਬਿਨਾਂ ਫਿਰਦੇ ਸਨ, ਉਹਨਾਂ ਬਹੁਤਿਆਂ ਸਾਰਿਆਂ ਨੂੰ ਸਿੰਘਾਂ ਨੇ ਫੜਿਆ ਤੇ ਉਹਨਾਂ ਦੀ ਅਸਵਾਰੀ ਕਰਕੇ ਫਿਰ ਤੋਂ ਜੰਗ ਕੀਤਾ। ਹੈ ਬ੍ਰਿੰਦ ਤਉ ਹਿਹ ਨਾਵਤ ਹੈ, ਪਟਹੀਨ ਸੁਛੰਦ ਧਾਵਤ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਘੋੜੇ ਨੇ ਉਹ ਰਣਭੂਮੀ ਦੇ ਵਿੱਚ ਇੱਧਰ ਉੱਧਰ ਦੌੜੇ ਫਿਰਦੇ ਨੇ, ਹਿਣਕਦੇ ਨੇ। ਪਟਹੀਨ ਸੁਛੰਦ ਧਾਵਤ ਹੈ, ਕਿਉਂਕਿ ਘੋੜਿਆਂ ਦਾ ਸਵਾਰ ਉੱਤੇ ਨਹੀਂ ਹੁੰਦਾ, ਇਸ ਕਰਕੇ ਆਪਣੀ ਮਰਜ਼ੀ ਦੇ ਮੁਤਾਬਕ ਘੋੜੇ ਇੱਧਰ ਉੱਧਰ ਦੌੜੇ ਫਿਰਦੇ। ਇਮ ਦੋਹ ਦਿਸ਼ ਤੇ ਸੂਰਮਾ, ਮਾਰੇ ਮਰੇ ਵਿਸਾਲ ਕੋਸਣ ਲਗ ਰਣ ਭੂਮਕਾ, ਜਹ ਕਹਿ ਮਹਾ ਕਰਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਤੋਂ ਬਹੁਤੇ ਸਾਰੇ ਸੂਰਮੇ ਮਾਰੇ ਗਏ ਨੇ, ਕੋਵਾਂ ਦੀ ਦੂਰੀ ਤੱਕ ਜਿਹੜੀ ਰਣਭੂਮੀ ਹੈ ਉਹ ਬਹੁਤ ਹੀ ਜ਼ਿਆਦਾ ਭਿਆਨਕ ਲੱਗ ਰਹੀ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਮਾਰਿਓ ਕੰਬਰ ਬੇਗ ਜਬ, ਪਾਇਓ ਕਸ਼ਟ ਚਿਤ ਪੀਨ, ਲਲਾ ਬੇਗ ਆਸੂ ਗਿਰੇ ਪ੍ਰਿਆ ਪ੍ਰਾਤਾ ਬਹੁ ਚੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕੰਬਰ ਬੇਗ ਵੀ ਮਾਰਿਆ ਗਿਆ ਉਸ ਵੇਲੇ ਲੱਲਾ ਬੇਗ ਦੇ ਮਨ ਨੂੰ ਬਹੁਤ ਹੀ ਜ਼ਿਆਦਾ ਦੁੱਖ ਵਿਆਪਿਆ, ਕਿਉਂਕਿ ਬਹੁਤ ਪਿਆਰਾ ਉਸਦਾ ਭਰਾ ਸੀ ਕੰਬਰ ਬੇਗ,
ਭਰਾ ਦੀ ਮੌਤ ਦੇ ਦੁੱਖ ਦੇ ਵਿੱਚ ਬਹੁਤੇ ਸਾਰੇ ਲਲਾ ਦੇਗ ਨੇ ਹੰਝੂ ਕੇਰੇ। ਤੇਹ ਸਿਮਰ ਸਿਮਰ ਗੁਣ ਕਹਿ ਬਿਸਾਲ, ਗੁਜ਼ਰਿਓ ਬਿਲਾਂਦ ਅਚਰਜ ਕਿਰਾਲ। ਉਹਦੇ ਗੁਣਾਂ ਨੂੰ ਯਾਦ ਕਰ ਕਰਕੇ ਬਹੁਤੇ ਸਾਰੇ ਗੁਣ ਲਲਾ ਬੇਗ ਨੇ ਕੰਬਰ ਬੇਗ ਦੇ ਬਿਆਨ ਕੀਤੇ ਨੇ ਤੇ ਕਹਿੰਦਾ ਹੈ ਗੁਜ਼ਰਿਓ ਬਿਲੰਦ ਅੱਜ ਰੱਜ ਕਰਾਲ ਕਿ ਬਹੁਤ ਵੱਡਾ ਇਹ ਕਹਿਰ ਗੁਜ਼ਰ ਗਿਆ ਭਿਆਨਕ ਮੇਰੇ ਭਰਾ ਦੇ ਉੱਤੇ। ਮਨ ਲਖੈ ਕੌਣ ਇਹ ਰੀਤ ਹੋਏ, ਗਿਰ ਭਾਰ ਧਰੈ ਨਰ ਹੱਥ ਕੋਏ। ਮਾਨੋ ਕਿ ਕੌਣ ਇਸ ਗੱਲ ਨੂੰ ਜਾਣਦਾ ਸੀ ਕਿ ਇਸ ਤਰ੍ਹਾਂ ਦੀ ਗੱਲ ਹੋ ਜਾਏਗੀ, ਗਿਰ ਭਾਰ ਧਰੈ ਨਰ ਹੱਥ ਕੋਏ। ਕਹਿੰਦਾ ਹੈ ਕਿ ਜਿਵੇਂ ਕੋਈ ਮਨੁੱਖ ਆਪਣੇ ਹੱਥ ਦੇ ਉੱਤੇ ਪਹਾੜ ਦਾ ਬੋਝ ਧਾਰਨ ਕਰ ਲਵੇ, ਇਸ ਤਰ੍ਹਾਂ ਦਾ ਜਿਹੜਾ ਬੋਝ ਹੈ ਨਾ ਉਹ ਲੱਲਾ ਬੇਗ ਦੇ ਮਨ ਦੇ ਉੱਤੇ। ਅਬ ਜੀਤ ਆਸ ਕਿਸ ਕੇ ਪਰੋਸ, ਕੋ ਕਰੋ ਜਤਨ ਨਹੀਂ ਹੋਤ ਹੋਸ਼। ਬਾਰ ਬਾਰ ਇਸ ਗੱਲ ਦਾ ਜ਼ਿਕਰ ਆਇਆ ਕਿ ਜਦੋਂ ਵੀ ਲੱਲਾ ਬੇਗ ਦੀ ਸ਼ਿਕਸਤ ਹੁੰਦੀ ਹੈ, ਹਾਰ ਹੁੰਦੀ ਹੈ ਤੇ ਆਪਣੇ ਦਿਲ ਨੂੰ ਢਾ ਦਿੰਦਾ ਹੈ, ਢੇਰੀ ਢਾ ਕੇ ਬਹਿ ਜਾਂਦਾ ਹੈ, ਬਹੁਤ ਜ਼ਿਆਦਾ ਨਿਰਾਸ਼ਾ ਦੇ ਵਿੱਚ ਹੁਣ ਬਦਲ ਗਿਆ ਹੈ ਲੱਲਾ ਬੇਗ। ਕਹਿੰਦਾ ਜੀਤ ਆਸ ਕਿਸ ਕੇ ਭਰੋਸ, ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਜਿੱਤ ਦੀ ਆਸ਼ਾ ਨੂੰ ਮੈਂ ਕਿਸ ਸੂਰਮੇ ਦੇ ਭਰੋਸੇ ਦੇ ਉੱਤੇ ਰੱਖਾਂ, ਕੋ ਕਰੋ ਯਤਨ ਮੈਂ ਕਿਹੜਾ ਐਸਾ ਯਤਨ ਕਰਾਂ, ਨਹੀਂ ਹੋਤ ਹੋਸ਼। ਕਹਿਣ ਤੋਂ ਭਾਵ ਕਿ ਮੇਰੀ ਤੇ ਅਕਲ ਹੁਣ ਕੰਮ ਹੀ ਨਹੀਂ ਕਰਦੀ। ਲਗ ਪ੍ਰਾਤ ਹੁਤੋ ਕੰਬਰ ਦਨਾਏ, ਸਭ ਲਰਨ ਭੇਤ ਦੇ ਤੋ ਬਤਾਏ। ਲੱਲਾ ਬੇਗ ਕਹਿੰਦਾ ਹੈ ਕਿ ਮੇਰਾ ਛੋਟਾ ਭਰਾ ਇਹ ਕੰਬਰ ਬੇਗ ਬਹੁਤ ਦਾਨਾ ਸੀ, ਬੜਾ ਦਾਨਸ਼ਵੰਦ ਸ੍ਰੇਸ਼ਟ ਬੁੱਧੀ ਦਾ ਮਾਲਕ ਸੀ, ਲੜਾਈ ਦੇ ਹਰ ਇੱਕ ਭੇਦ ਤੇ ਤਰੀਕੇ ਨੂੰ ਇਹ ਦੱਸਦਾ ਸੀ। ਅਸ ਕਹਿ ਕੌਣ ਹੈ ਭਰਾਤ ਆਏ, ਤੁਝ ਬਿਨਾ ਮੋਹ ਨਹੀਂ ਲੜਨ ਦਾਏ। ਝੁਰਦਾ ਹੈ ਲੱਲਾ ਬੇਗ, ਯਾਦ ਕਰਦਾ ਹੈ ਕੰਬਰ ਬੇਗ ਨੂੰ, ਕਹਿੰਦਾ ਹੈ ਭਰਾਤਾ ਤੂੰ ਕਿੱਥੇ ਚਲਾ ਗਿਆ, ਕਿਉਂ ਨੀ ਮੁੜ ਕੇ ਆਉਂਦਾ, ਤੁਝ ਬਿਨਾ ਮੋਹ ਨਹੀਂ ਲੜਨ ਦਾਏ। ਹੇ ਭਰਾ ਤੇਰੇ ਤੋਂ ਬਗੈਰ ਮੈਨੂੰ ਲੜਨ ਦਾ ਕੋਈ ਵੀ ਦਾ ਨਹੀਂ ਸੋਚਦਾ। ਸੁਣ ਕਾਸਮ ਬੇਗ ਸੋ ਸ਼ਮਸ ਬੇਗ, ਬੋਲੇ ਬਿਲੰਦ ਗਹਿ ਹੱਥ ਤੇਗ। ਜਦੋਂ ਸੁਣਿਆ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕਾਸਮ ਬੇਗ ਨੇ ਤੇ ਸ਼ਮਸ ਬੇਗ ਨੇ, ਜਿਹੜੇ ਕਿ ਲੱਲਾ ਬੇਗ ਦੇ ਦੋਵੇਂ ਪੁੱਤਰ ਨੇ, ਉਸ ਵੇਲੇ ਉਹਨਾਂ ਨੇ ਤਲਵਾਰਾਂ ਨੂੰ ਹੱਥ ਦੇ ਵਿੱਚ ਸਾਂਭਿਆ ਤੇ ਫੇਰ ਆਪਣੇ ਪਿਓ ਨੂੰ ਇੰਜ ਕਹਿੰਦੇ, ਇਹ ਨਹੀਂ ਲਾਇਕੀ ਤੋਹੇ ਕੇਰ, ਜਬ ਚੜ੍ਹਿਓ ਸ਼ਾਹ ਤੇ ਹੋਏ ਦਲੇਰ। ਆਪਣੇ ਪਿਤਾ ਨੂੰ ਦੋਵੇਂ ਭਰਾ ਕਹਿੰਦੇ ਨੇ, ਕਾਸਮ ਬੇਗ ਤੇ ਸ਼ਮਸ ਬੇਗ, ਕਿ ਤੁਹਾਡੇ ਵਾਸਤੇ ਅੱਬੂ ਜਾਨ ਇਹ ਚੰਗੀ ਗੱਲ ਨਹੀਂ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋ, ਜਦੋਂ ਤੁਸੀਂ ਚੜ੍ਹਾਈ ਕਰਨ ਦੇ ਵਾਸਤੇ ਆਏ ਸੀ ਤੇ ਬੜੇ ਦਲੇਰ ਸੀ। ਵਿੱਚ ਸਭਾ ਤੇਗ ਬੀੜਾ ਉਠਾਏ, ਉਮਰਾਵ ਬ੍ਰਿੰਦ ਦੇਖਤ ਬੜਾਏ। ਜਦੋਂ ਤੁਸੀਂ ਭਰੀ ਹੋਈ ਸਭਾ ਦੇ ਵਿੱਚ ਤਲਵਾਰ ਨੂੰ ਚੁੱਕਿਆ ਸੀ ਤੇ ਬੀੜਾ ਪਾਣ ਦਾ ਚਵਾਇਆ ਸੀ, ਉਸ ਵੇਲੇ ਬਹੁਤੇ ਸਾਰੇ ਜਿਹੜੇ ਜਰਨੈਲ ਉਮਰਾਵ ਸਨ ਉਹ ਤੁਹਾਡੀ ਵਡਿਆਈ ਨੂੰ ਮੰਨੇ ਸਨ। ਸਿਰ ਪਾਉ ਦੀਨ ਸਭ ਤੇ ਵਧਾਏ, ਨਿਜ ਮੁਖ ਸਲਾਹ ਹਜ਼ਰਤ ਪਠਾਏ। ਇਸ ਤੋਂ ਇਲਾਵਾ ਹੇ ਅੱਬੂ ਜਾਨ, ਉਸ ਵੇਲੇ ਵੱਡਾ ਸਿਰੋਪਾ
ਤੁਹਾਨੂੰ ਸਾਰਿਆਂ ਤੋਂ ਵੱਡਾ ਜਾਣ ਕੇ ਬਾਦਸ਼ਾਹ ਨੇ ਪ੍ਰਦਾਨ ਕੀਤਾ ਸੀ ਤੇ ਆਪਣੇ ਮੂੰਹ ਦੇ ਉੱਤੋਂ ਤੁਹਾਡੀ ਬੜੀ ਸ਼ਲਾਘਾ ਕਰਕੇ ਤੁਹਾਨੂੰ ਘੱਲਿਆ ਸੀ। ਜਿਮ ਸ਼ਾਹ ਨੇ ਮੈਂ ਸੂਬੇ ਬਣਾਏ, ਦੌਲਤ ਬਿਲੰਦ ਜਿਸ ਪਾਸ ਪਾਏ। ਕਹਿੰਦੇ ਨੇ ਕਿ ਤੁਹਾਨੂੰ ਬਾਦਸ਼ਾਹ ਸ਼ਾਹਜਹਾਂ ਨੇ ਵੱਡਾ ਸੂਬਾ ਬਣਾਇਆ ਹੋਇਆ, ਇਸ ਤੋਂ ਇਲਾਵਾ ਵੱਡੀ ਤੋਂ ਵੱਡੀ ਜ਼ਿਆਦਾ ਤੋਂ ਜ਼ਿਆਦਾ ਦੌਲਤ ਤੁਸੀਂ ਬਾਦਸ਼ਾਹ ਤੋਂ ਲੈਂਦੇ। ਸਮਦਾਏ ਤੁਰੰਗਮ ਅਰਮਤੰਗ, ਲਸ਼ਕਰ ਤਮਾਮ ਕਹਿ ਕੇਨ ਸੰਗ। ਤੁਹਾਡੀ ਇਸ ਗੱਲ ਕਰਨ ਦੇ ਉੱਤੇ ਬਹੁਤੇ ਸਾਰੇ ਘੋੜੇ, ਬਹੁਤੇ ਸਾਰੇ ਹਾਥੀ ਤੇ ਬਹੁਤੇ ਸਾਰੇ ਲੜਾਕੂ ਸੂਰਮੇ ਤੁਹਾਡੇ ਨਾਲ ਬਾਦਸ਼ਾਹ ਨੇ ਚੜਾ ਕੇ ਘੱਲੇ। ਤੇਹ ਸ਼ਾਹਬਾਜ਼ ਕੇ ਲੇਨ ਕਾਜ, ਕਹਿ ਰਵਾਂ ਕੀਨ ਵੱਡ ਦੇ ਸਮਾਜ। ਸਿਰਫ ਦੋ ਘੋੜਿਆਂ ਨੂੰ ਲੈਣ ਦੇ ਵਾਸਤੇ ਇੰਨੀ ਵੱਡੀ ਤੁਹਾਡੀ ਇਮਦਾਦ ਕਰਕੇ ਤੁਹਾਨੂੰ ਬਾਦਸ਼ਾਹ ਨੇ ਚੜਾ ਕੇ ਘੱਲਿਆ ਤੇ ਤੁਸੀਂ ਵੱਡੇ ਸਮਾਜ ਦੇ ਨਾਲ ਚੜ ਕੇ ਆਏ। ਕਹਿੰਦੇ ਨੇ ਅਬ ਨਿਮਕ ਹਰਾਮ ਬਣਬੋ ਨਾ ਨੇਕ, ਤੇਹ ਕਾਰਨ ਕਾਜ ਇਹ ਬਾਤ ਠੀਕ। ਆਪਣੇ ਪਿਓ ਨੂੰ ਕਹਿੰਦੇ ਨੇ ਕਿ ਜੇਕਰ ਤੁਸੀਂ ਹੁਣ ਜੰਗ ਤੋਂ ਮੂੰਹ ਮੋੜੋਗੇ ਤੇ ਇਹ ਨਮਕ ਹਰਾਮੀ ਦਾ ਕੰਮ ਹੋਵੇਗਾ, ਇਹ ਕੰਮ ਬਿਲਕੁਲ ਵੀ ਚੰਗਾ ਨਹੀਂ ਹੈ। ਨਿਜ ਕਾਰਨ ਕਾਜ ਇਹ ਬਾਤ ਠੀਕ ਕਿ ਜਿਹੜੇ ਕੰਮ ਨੂੰ ਨੇਪਰੇ ਚਾੜਨ ਦੇ ਵਾਸਤੇ ਆਏ ਹੋ ਉਸੇ ਕੰਮ ਦੇ ਵੱਲ ਆਪਣੇ ਧਿਆਨ ਨੂੰ ਜੋੜੋ, ਇਹੀ ਚੰਗੀ ਗੱਲ ਹੈ। ਸ੍ਰੀ ਹਰਗੋਬਿੰਦ ਕੋ ਗਹੋ ਤਾਏ, ਕੈ ਸ਼ਸਤਰ ਸੰਗ ਰਿਪ ਜੰਗ ਥਾਏ। ਸ੍ਰੀ ਹਰਗੋਬਿੰਦ ਨੂੰ ਜਾ ਕੇ ਕੈਦ ਕਰ ਲਓ ਜਾਂ ਫਿਰ ਸ਼ਸਤਰਾਂ ਦਾ ਪ੍ਰਹਾਰ ਕਰਕੇ ਜੰਗ ਦੇ ਵਿੱਚ ਉਹਨੂੰ ਮਾਰ ਦਿਓ, ਇਹੀ ਤੁਹਾਡਾ ਕੰਮ ਹੈ। ਦੋਨੋ ਤੁਰੰਗ ਪ੍ਰਿਆ ਸ਼ਾਹ ਜੋਏ, ਲੇ ਕਰ ਮਿਲਾਹ ਤਬ ਨੇਕ ਹੋਏ। ਜੇਕਰ ਗੁਰੂ ਨੂੰ ਮਾਰ ਕੇ ਜਾਂ ਕੈਦ ਕਰਕੇ, ਇਸ ਤੋਂ ਇਲਾਵਾ ਦੋਵਾਂ ਘੋੜਿਆਂ ਪਿਆਰਿਆਂ ਨੂੰ ਨਾਲ ਲੈ ਕੇ ਜੇਕਰ ਬਾਦਸ਼ਾਹ ਨੂੰ ਮਿਲੋਗੇ ਤਾਂ ਹੀ ਤੁਹਾਡਾ ਬਾਦਸ਼ਾਹ ਦੇ ਨਾਲ ਮਿਲਾਪ ਚੰਗਾ ਤੇ ਸ੍ਰੇਸ਼ਟ ਹੋਵੇਗਾ। ਇਮ ਨਹੀਂ ਬਣ ਤਬ ਦੇਹ ਪ੍ਰਾਨ, ਰਣ ਲੜਨ ਮਰਨ ਹਮਰੋ ਇਮਾਨ। ਕਹਿੰਦੇ ਨੇ ਕਿ ਜੇ ਗੁਰੂ ਨੂੰ ਮਾਰ ਨਹੀਂ ਸਕਦੇ, ਜੇ ਗੁਰੂ ਨੂੰ ਕੈਦ ਵੀ ਨਹੀਂ ਕਰ ਸਕਦੇ ਤੇ ਜੇਕਰ ਦੋਵਾਂ ਘੋੜਿਆਂ ਨੂੰ ਵਾਪਸ ਨਹੀਂ ਲੈ ਸਕਦੇ ਤੇ ਫਿਰ ਚੰਗੀ ਗੱਲ ਇਹੀ ਹੈ ਕਿ ਰਣ ਭੂਮੀ ਦੇ ਵਿੱਚ ਆਪਣੇ ਪ੍ਰਾਣ ਦੇ ਦਿਓ। ਰਣ ਲੜਨ ਮਰਨ ਹਮਰੋ ਇਮਾਨ, ਕਿਉਂਕਿ ਇਹ ਅੱਬੂ ਜਾਨ ਲੜਨਾ ਮਰਨਾ ਤੇ ਮਾਰਨਾ ਇਹ ਸਾਡਾ ਇਮਾਨ ਹੈ, ਰਣ ਭੂਮੀ ਦੇ ਵਿੱਚ ਇਹੀ ਧਰਮ ਹੈ। ਸੁਣ ਲੱਲਾ ਬੇਗ ਮਨ ਮੇ ਵਿਚਾਰ, ਇਸ ਸਮੇਂ ਇਨੋ ਆਛੀ ਉਚਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣੀਆਂ ਗੱਲਾਂ ਆਪਣੇ ਦੋਵਾਂ ਪੁੱਤਰਾਂ ਦੀਆਂ ਲੱਲਾ ਬੇਗ ਨੇ ਤੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਜੋ ਇਹ ਕਹਿ ਰਹੇ ਨੇ ਨਾ ਇਹ ਚੰਗੀ ਗੱਲ ਹੈ। ਅਬ ਮਾਰੋ ਆਪ ਕਹਿ ਲੇ ਹੋ ਮਾਰ, ਇਸ ਤੇ ਸੋ ਪਾਲੀ ਨਹੀਂ ਅਪਰ ਕਾਰ। ਸੋਚਿਆ ਲੱਲਾ ਬੇਗ ਨੇ ਕਿ ਜਾਂ ਮੈਂ ਆਪ ਜਾ ਕੇ ਮਰ ਜਾਵਾਂ ਤੇ ਜਾਂ ਗੁਰੂ ਵੈਰੀ ਨੂੰ ਮਾਰ ਦਿਆਂ, ਇਹੀ ਸਾਰਿਆਂ ਤੋਂ ਚੰਗੀ ਵਧੀਆ ਕਾਰ ਹੈ, ਵਧੀਆ ਕੰਮ ਹੈ। ਨਿਜ ਪਹੁੰਚ ਆਂਖ ਹੋਇਓ ਸੁਚੇਤ, ਪੁਣ ਪਇਓ ਤਿਆਰ ਲਰਬੇ ਸੁਹੇਤ। ਕਵੀ ਜੀ ਲਿਖਦੇ ਨੇ ਕਿ ਆਪਣੀ ਅੱਖਾਂ ਨੂੰ ਪੂੰਝਿਆ ਹੈ, ਸੁਚੇਤ ਹੋਇਆ ਤੇ ਲੜਾਈ ਦੇ ਵਾਸਤੇ ਤਿਆਰ ਹੋਇਆ। ਪਕਰੀ ਕਮਾਨ ਕਰੀ ਮਹਾਨ,
ਪਿਖ ਕਾਸਮ ਬੇਗ ਕੀ ਨਸ ਬਖਾਨ। ਜਦੋਂ ਹੀ ਲਲਾ ਬੇਗ ਨੇ ਆਪਣੇ ਕਰੜੇ ਤਨਖ ਨੂੰ ਆਪਣੇ ਹੱਥ ਦੇ ਵਿੱਚ ਫੜਿਆ, ਉਸੇ ਵੇਲੇ ਕਾਸਮ ਬੇਗ ਨੇ ਇਸ ਤਰ੍ਹਾਂ ਆਖਿਆ, ਕਹਿੰਦਾ ਤੁਮ ਰਹੋ ਪੀਠ ਪਰ ਜ਼ੋਰ ਪਾਏ, ਹਮ ਲੜੈ ਜੰਗ ਆਗੇ ਸਦਾਏ। ਕਾਸਮ ਬੇਗ ਕਹਿੰਦਾ, ਅੱਬੂ ਜਾਨ, ਤੁਹਾਨੂੰ ਸਾਹਮਣੇ ਜਾਣ ਦੀ ਅਜੇ ਕੋਈ ਲੋੜ ਨਹੀਂ ਹੈ, ਕਿਉਂਕਿ ਅਸੀਂ ਅਜੇ ਜਿਉਂਦੇ ਹਾਂ। ਕਹਿੰਦਾ ਹੈ ਕਾਸਮ ਬੇਗ ਕਿ ਤੁਸੀਂ ਸਾਡੇ ਮਗਰ ਰਹੋ, ਭਾਵ ਕਿ ਸਾਡੇ ਪਿੱਛੇ ਜ਼ੋਰ ਪਾ ਕੇ ਰਹੋ, ਅਸੀਂ ਅੱਗੇ ਦੋਵੇਂ ਭਰਾ ਜਾ ਕੇ ਪਹਿਲਾਂ ਜੰਗ ਲੜਾਂਗੇ। ਇਮ ਲਲਾ ਬੇਗ ਠਹਿਰਾਏ ਪਾਛ, ਜੁਗ ਪ੍ਰਾਤ ਚਲੇ ਲਰ ਬੇਸੋ ਬਾਂਛ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਲਾ ਬੇਗ ਨੂੰ ਇਸ ਤਰੀਕੇ ਦੇ ਨਾਲ ਪਿੱਛੇ ਠਹਿਰਾ ਕੇ ਦੋਵੇਂ ਭਰਾ ਚੱਲੇ ਨੇ, ਚਿੱਤ ਦੇ ਵਿੱਚ ਲੜਾਈ ਦੇ ਉਤਸ਼ਾਹ ਨੂੰ ਧਾਰਨ ਕਰਕੇ। ਦੁੰਦਬ ਵਜਾਏ ਉਤਸਾਹ ਕੀਨ, ਬਾਜੀ ਨਚਾਏ ਰਸ ਵੀਰ ਪੀਨ। ਨਗਾਰੇ ਨੂੰ ਉੱਚਾ ਵਜਾਇਆ ਗਿਆ ਹੈ, ਜਿਸ ਨੂੰ ਸੁਣ ਕੇ ਸੂਰਮਿਆਂ ਦੇ ਮਨ ਦੇ ਵਿੱਚ ਉਤਸ਼ਾਹ ਵਧਿਆ ਹੈ, ਔਰ ਘੋੜਿਆਂ ਨੂੰ ਨਚਾਉਂਦੇ ਹੋਏ ਸਾਰਿਆਂ ਦੇ ਸਮੇਤ ਇਹ ਦੋਵੇਂ ਭਰਾ ਅੱਗੇ ਵਧੇ। ਤੀਛਣ ਖਤੰਗ ਪੀਖਣ ਪ੍ਰਹਾਰ, ਈਛਣ ਬਿਲੋਕ ਤਾਕਤ ਜੁਝਾਰ। ਤਿੱਖੇ ਤੇ ਭਿਆਨਕ ਤੀਰਾਂ ਦਾ ਪ੍ਰਹਾਰ ਕਰਦੇ ਨੇ, ਈਛਣ ਬਿਲੋਕ ਤਾਕਤ ਜੁਝਾਰ, ਭਾਵ ਕੇ ਨੇਤਰਾਂ ਦੇ ਨਾਲ ਚੰਗੇ ਤਰੀਕੇ ਦੇ ਨਾਲ ਨਿਸ਼ਾਨੇ ਨੂੰ ਬੰਨ ਕੇ ਜੁਝਾਰੂ ਸੂਰਮੇ ਤੀਰ ਚਲਾਉਂਦੇ ਨੇ। ਜਿਤ ਦਿਸ਼ਾ ਵਧੇ ਗੁਰੂ ਸੂਰ ਜਾਏ, ਤਿਤ ਦਿਸ਼ਾ ਪਰਿਓ ਤੀਰਨ ਚਲਾਏ। ਜਿਹੜੇ ਪਾਸੇ ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਸੂਰਮੇ ਅੱਗੇ ਵਧ ਰਹੇ ਸਨ, ਉਸ ਪਾਸੇ ਇਹਨਾਂ ਦੋਵਾਂ ਭਰਾਵਾਂ ਨੇ ਬਹੁਤੀ ਜ਼ਿਆਦਾ ਤੀਰਾਂ ਦੀ ਮਾਰ ਮਾਰੀ। ਜੁਗ ਪ੍ਰਾਤੇਵ ਜਬ ਕੀਨ ਜੰਗ, ਤਬ ਬਿਧੀ ਚੰਦ ਬੜ ਕੋਪ ਸੰਗ। ਜਦੋਂ ਦੋਵਾਂ ਮੁਗਲ ਪਠਾਣਾ ਭਰਾਵਾਂ ਨੇ ਇਸ ਤਰ੍ਹਾਂ ਦਾ ਵੱਡਾ ਜੰਗ ਕੀਤਾ, ਜਿੰਨੇ ਕਿ ਗੁਰੂ ਦੀਆਂ ਫੌਜਾਂ ਦੇ ਪੈਰ ਹਿਲਾ ਦਿੱਤੇ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਿਧੀ ਚੰਦ ਨੂੰ ਬਹੁਤ ਹੀ ਜ਼ਿਆਦਾ ਕ੍ਰੋਧ ਆਇਆ। ਪ੍ਰਭ ਕਰੋ ਹੁਕਮ ਇਨ ਸਮਖ ਜਾਉ, ਹਥਿਆਰ ਮਾਰ ਕਰ ਬ੍ਰਿੰਦ ਕਾਉ। ਗੁੱਸੇ ਦੇ ਨਾਲ ਭਰ ਕੇ ਬਿਧੀ ਚੰਦ ਕਹਿੰਦਾ ਹੈ ਸਤਿਗੁਰਾਂ ਨੂੰ ਕਿ ਇਹ ਸੱਚੇ ਪਾਤਸ਼ਾਹ, ਕਿਰਪਾ ਕਰਕੇ ਮੈਨੂੰ ਅੱਗੇ ਜਾਣ ਦਾ ਹੁਕਮ ਦਿਓ, ਤਾਂ ਕਿ ਮੈਂ ਵੈਰੀ ਦੀ ਸੈਨਾ ਦੇ ਸਾਹਮਣੇ ਜਾ ਕੇ ਹਥਿਆਰਾਂ ਦੀ ਮਾਰ ਮਾਰ ਕੇ ਬਹੁਤਿਆਂ ਨੂੰ ਖਪਾ ਦਿਆਂ ਮਾਰ ਦਿਆਂ। ਗੁਰ ਕਹੇ ਉਹ ਮਲਕ ਜਾਤੀ ਜੇ ਬਿਪਰ, ਇਸ ਲਈ ਉਹ ਸੰਗ ਹੱਥ ਦਿਓ ਛਿਪਰ। ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਬਿਧੀ ਚੰਦ ਤੂੰ ਵੀ ਅੱਗੇ ਚਲਿਆ ਜਾ, ਇਸ ਤੋਂ ਇਲਾਵਾ ਜਿਹੜਾ ਮਲਕ ਜਾਤੀ ਪੰਡਿਤ ਹੈ ਇਸ ਨੂੰ ਵੀ ਆਪਣੇ ਨਾਲ ਲੈ ਕੇ ਜਾ, ਤੇ ਛੇਤੀ ਜਾ ਕੇ ਸਾਰਿਆਂ ਦਾ ਸੰਗਾਰ ਕਰ ਦੇ। ਕੁਛ ਰਹੇ ਅਲ ਪ੍ਰਣ ਅੰਤ ਆਏ, ਨਿਜ ਤਨ ਬਚਾਏ ਦਿਓ ਰਿਪਨ ਕਾਏ। ਇਸ ਤੋਂ ਇਲਾਵਾ ਸਤਿਗੁਰਾਂ ਨੇ ਇੱਕ ਹੋਰ ਵੀ ਹਦਾਇਤ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਵੈਰੀ ਦਾ ਦਲ ਬਹੁਤ ਜ਼ਿਆਦਾ ਥੋੜਾ ਰਹਿ ਗਿਆ ਹੈ, ਇਸ ਕਰਕੇ ਨਿਜ ਤਨ ਬਚਾਏ, ਆਪਣੇ ਤਨ ਨੂੰ ਆਪਣੇ ਸਰੀਰ ਨੂੰ ਬਚਾ ਕੇ ਵੈਰੀ ਨੂੰ ਮਾਰਨਾ ਹੈ, ਸਰੀਰ ਦੀ ਬਹੁਤੀ ਜ਼ਿਆਦਾ ਰੱਖਿਆ ਕਰਨੀ। ਬਿਧੀ ਚੰਦ ਛੀਨਾ ਗੁਰੂ ਬਾਕ ਲੀਨਾ, ਦਿਜੰ ਸੰਗ ਕੀਨਾ ਮਨੋ ਦਰੋਣ ਚੀਨਾ।
ਕਵੀ ਜੀ ਲਿਖਦੇ ਨੇ ਕਿ ਬਿਧੀ ਚੰਦ ਜੀ ਜਿਹੜੇ ਕਿ ਛੀਨੇ ਗੋਤ ਦੇ ਹਨ, ਉਹਨਾਂ ਨੇ ਗੁਰੂ ਜੀ ਦੇ ਬਚਨ ਨੂੰ ਮੰਨਿਆ ਹੈ ਔਰ ਮਲਕ ਜਾਤੀ ਪੰਡਿਤ ਨੂੰ ਆਪਣੇ ਨਾਲ ਲਿਆ ਹੈ। ਮਨੋ ਦਰੋਣ ਚੀਨਾ, ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਮਨ ਨੂੰ ਦਰੋਣਾਚਾਰੀ ਅਰਣ ਭੂਮੀ ਦੇ ਵਿੱਚ ਲੜਨ ਦੇ ਵਾਸਤੇ ਜਾ ਰਿਹਾ। ਚਲਿਓ ਤਾਏ ਐਸੇ ਛੁਟਿਓ ਬਾਜ, ਜੈਸੇ ਗੁਰੂ ਰੋਕ ਰਾਖਾ ਨਹੀਂ ਬਾਕ ਨਾਖਾ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦੌੜ ਕੇ ਰਣ ਭੂਮੀ ਦੇ ਵੱਲ ਵਧਿਆ ਹੈ, ਜਿਵੇਂ ਕਿ ਸਤਿਗੁਰਾਂ ਨੇ ਪਹਿਲਾਂ ਫੜ ਕੇ ਬਾਜ ਨੂੰ ਰੱਖਿਆ ਹੋਇਆ ਸੀ ਤੇ ਹੁਣ ਛੱਡ ਦਿੱਤਾ ਹੈ ਆਪਣੇ ਹੱਥ ਦੇ ਉੱਤੋਂ। ਇਸ ਤਰ੍ਹਾਂ ਭਾਵ ਕੇ ਕ੍ਰੋਧ ਦੇ ਨਾਲ ਉਹ ਚੱਲੇ। ਅਬੈ ਦੀਨ ਆ ਗਿਆ ਰਸਮ ਵੀਰ ਪਾ ਗਿਆ, ਜਥਾ ਸ਼ੇਰ ਛੋਰਾ ਗਯੋ ਸ਼ਤਰੂ ਯੋਰਾ। ਭਾਵ ਕੇ ਪਹਿਲਾਂ ਆਗਿਆ ਦੇ ਨਾਲ ਬੰਨਿਆ ਹੋਇਆ ਸੀ ਬਿਧੀ ਚੰਦ, ਹੁਣ ਜਾਣ ਦੀ ਆਗਿਆ ਮਿਲੀ ਹੈ। ਰਸਮ ਵੀਰ ਪਾ ਗਿਆ ਤੇ ਵੀਰਤਾ ਦੇ ਰਸ ਦੇ ਵਿੱਚ ਭਿੱਜਾ ਹੈ ਬਿਧੀ ਚੰਦ। ਜਥਾ ਸ਼ੇਰ ਛੋਰਾ ਗਯੋ ਸ਼ਤਰੂ ਹੋਰਾ, ਇਸ ਤਰ੍ਹਾਂ ਵੈਰੀਆਂ ਦੇ ਵੱਲ ਜਾ ਰਿਹਾ ਕਿ ਜਿਵੇਂ ਭੁੱਖਾ ਸ਼ੇਰ ਜਾ ਰਿਹਾ ਹੋਵੇ ਮਿਰਗਾਂ ਦੀ ਡਾਰ ਉੱਤੇ। ਤੱਕੇ ਤੀਰ ਮਾਰੇ ਗਏ ਫੋਰ ਪਾਰੇ, ਚਲਿਓ ਵੀਰ ਜੇਠਾ ਗੁਰੂ ਸਿੱਖ ਜੇਠਾ। ਤੱਕ ਕੇ ਬਹੁਤੇ ਸਾਰੇ ਬਿਧੀ ਚੰਦ ਨੇ ਤੇ ਜਾਤੀ ਮਲਕ ਨੇ ਤੀਰ ਚਲਾਏ ਨੇ। ਗਰੇ ਫੋਰ ਪਾਰੇ ਜਿਹੜੇ ਕਿ ਵੈਰੀਆਂ ਦੀਆਂ ਛਾਤੀਆਂ ਨੂੰ ਵਿੰਨਦੇ ਹੋਏ ਪਾਰ ਨਿਕਲੇ ਨੇ। ਚਲਿਓ ਵੀਰ ਜੇਠਾ ਗੁਰੂ ਸਿੱਖ ਜੇਠਾ, ਇਸ ਤੋਂ ਇਲਾਵਾ ਸੂਰਮਾ ਭਾਈ ਜੇਠਾ ਜੀ ਉਹ ਵੀ ਜਿਹੜੇ ਕਿ ਗੁਰੂ ਜੀ ਦੇ ਮੋਹਰੀ ਸਿੱਖ ਨੇ ਉਹ ਵੀ ਨਾਲ ਗਏ। ਮਿਲੇ ਤੀਨ ਤਾਏ ਰਿਪੂ ਦੇ ਪਲਾਏ, ਪਰੀ ਤੂੰ ਪਾਰੀ ਦਏ ਬ੍ਰਿੰਦ ਮਾਰੀ। ਤਿੰਨੇ ਜਣੇ ਮਿਲ ਕੇ ਵੈਰੀ ਦੇ ਸਾਹਮਣੇ ਗਏ ਨੇ, ਮਲਕ ਜਾਤੀ ਬਿਧੀ ਚੰਦ ਤੇ ਭਾਈ ਜੇਠਾ ਜੀ। ਭਾਵ ਕੇ ਤਿੰਨਾਂ ਨੇ ਵੈਰੀਆਂ ਨੂੰ ਬਹੁਤਾ ਜ਼ਿਆਦਾ ਦੌੜਾ ਦਿੱਤਾ ਹੈ, ਵੱਡੀ ਧੂਮ ਮਚਾ ਦਿੱਤੀ ਹੈ, ਬਹੁਤਿਆਂ ਨੂੰ ਮਾਰ ਦਿੱਤਾ। ਜਬੇ ਸੈਣ ਹਾਲੀ ਨਾ ਹੇਲਾ ਸੋ ਚਾਲੀ, ਦਈ ਪੀਠ ਚਾਲੇ ਨਹੀਂ ਕੋ ਸੰਭਾਲੀ। ਕਵੀ ਜੀ ਲਿਖਦੇ ਨੇ ਕਿ ਸੈਣਾ ਨੂੰ ਬਿਲਕੁਲ ਹਿਲਾ ਦਿੱਤਾ ਹੈ ਇਹ ਤਿੰਨਾਂ ਨੇ, ਵੱਡਾ ਜਿਹੜਾ ਇਹਨਾਂ ਨੇ ਹੱਲਾ ਕੀਤਾ ਹੈ ਉਹਨੂੰ ਵੈਰੀ ਚੱਲ ਨਾ ਸਕੇ ਤੇ ਭਾਵ ਕੇ ਪਿੱਠ ਦਿਖਾ ਕੇ ਪਿਛਾਂ ਨੂੰ ਮੁੜਨ ਲੱਗੇ। ਆਇਓ ਕਾਸਮ ਬੇਗ ਤਬ ਬਿਧੀ ਚੰਦ ਕੇ ਤੀਰ, ਕਸੀ ਕਮਾਨ ਕਠੋਰ ਤੇ ਤੀਛਣ ਪੀਛਣ ਤੀਰ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਕਾਸਮ ਬੇਗ ਲੱਲਾ ਬੇਗ ਦਾ ਵੱਡਾ ਪੁੱਤਰ ਹੈ ਉਹ ਬਿਧੀ ਚੰਦ ਦੇ ਲਾਗੇ ਆਇਆ ਹੈ, ਆਪਣੀ ਕਮਾਨ ਦੇ ਵਿੱਚ ਉਹਨੇ ਕਠੋਰ ਧਨੁਸ਼ ਨੂੰ ਪਾ ਕੇ ਤਿਆਰ ਕੀਤਾ ਮਾਰਨ ਦੇ ਵਾਸਤੇ ਬਿਧੀ ਚੰਦ ਨੂੰ। ਇੱਕ ਸਿੱਖ ਲੱਖੂ ਦੀ ਰਗ ਜਵਾਨ, ਗੁਰ ਕੀ ਸਾਂਗ ਰੱਖੈ ਨਿਜ ਪ੍ਰਾਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਿੱਖ ਸੀ ਜਿਸ ਦਾ ਨਾਮ ਸੀ ਲੱਖੂ ਔਰ ਉਹ ਬਹੁਤ ਵੱਡਾ ਉੱਚਾ ਲੰਮਾ ਗੱਭਰੂ ਸੀ। ਗੁਰ ਕੀ ਸਾਂਗ ਰੱਖੈ ਨਿਜ ਪਾਣ, ਹਮੇਸ਼ਾ ਸਤਿਗੁਰਾਂ ਨੂੰ ਫੜਾਉਣ ਦੇ ਵਾਸਤੇ ਇੱਕ ਤਿੱਖੀ ਬਰਛੀ ਉਹ ਆਪਣੇ ਹੱਥ ਦੇ ਵਿੱਚ ਰੱਖਿਆ ਕਰਦਾ ਸੀ। ਪਰੇ ਜੋਦ ਚਾਹਤ ਗੁਰ ਜਬੈ, ਦੇਤ ਸੰਭਾਰ ਨਿਕਟ ਹੋਏ ਤਬੈ। ਜਦੋਂ ਵੀ ਯੁੱਧ ਹੁੰਦਾ ਸੀ ਤੇ ਜਦੋਂ ਵੀ ਸਤਿਗੁਰੂ ਜੀ ਚਾਹ ਕਰਦੇ ਸਨ ਉਸੇ ਵੇਲੇ ਉਹ ਬਰਛੀ ਸਤਿਗੁਰਾਂ ਨੂੰ ਸੰਭਾਲ ਕੇ ਉਹ ਫੜਾ ਦਿਆ ਕਰਦਾ ਸੀ ਜਿਹਦਾ ਨਾਮ ਸੀ ਲੱਖੂ। ਤਿੰਨ ਕਰ ਕ੍ਰੋਧ ਤਵਾਏ ਤੁਰੰਗ,
ਗਰਵੀ ਸਾਂਗ ਉਠਾਈ ਉਹ ਤੰਗ। ਜਦੋਂ ਕਾਸਮ ਬੇਗ ਦੇ ਵੱਲ ਦੇਖਿਆ ਕਿ ਬਿਧੀ ਚੰਦ ਦੇ ਉੱਤੇ ਵਾਰ ਕਰਨਾ ਚਾਹੁੰਦਾ ਹੈ, ਉਸੇ ਵੇਲੇ ਕ੍ਰੋਧ ਨੂੰ ਧਾਰਨ ਕਰਕੇ ਘੋੜੇ ਨੂੰ ਦੜਾ ਕੇ ਆਪਣੀ ਉਸ ਸਾਂਗ ਨੂੰ ਬਰਛੀ ਨੂੰ ਫੜ ਕੇ ਉਤਾਂ ਉਠਾ ਕੇ ਲਾਗੇ ਆਇਆ। ਕਾਸਮ ਬੇਗ ਲਖਿਓ ਜਬ ਆਇਓ, ਖੈਂਚ ਖੜਕ ਕੋ ਅਗਰ ਚਲਾਇਓ। ਜਦੋਂ ਕਾਸਮ ਬੇਗ ਨੇ ਦੇਖਿਆ ਕਿ ਮੇਰੇ ਵੱਲ ਇਹ ਬਰਛੀ ਨੂੰ ਲੈ ਕੇ ਵੱਧ ਰਿਹਾ ਹੈ, ਉਸ ਨੇ ਅੱਗੋਂ ਤਲਵਾਰ ਦਾ ਵਾਰ ਕੀਤਾ। ਲਾਇਓ ਸਹਿਤੀ ਪਰ ਤੇ ਵਾਰ, ਜਬ ਹੀ ਬਜਿਓ ਸਾਰ ਪਰ ਸਾਰ। ਕਾਸਮ ਬੇਗ ਨੇ ਵਾਰ ਕੀਤਾ ਤਲਵਾਰ ਦਾ, ਅੱਗੋਂ ਸੈਥੀ ਦੇ ਉੱਤੇ ਪਾਵ ਕੇ ਬਰਛੀ ਦੇ ਉੱਤੇ ਉਸ ਦੇ ਵਾਰ ਨੂੰ ਲੱਖੂ ਨੇ ਚੱਲ ਲਿਆ। ਜਬ ਹੀ ਬਜਿਓ ਸਾਰ ਪਰ ਸਾਰ, ਪਾਵ ਕੇ ਜਦੋਂ ਹੀ ਲੋਹੇ ਦੇ ਉੱਤੇ ਲੋਹਾ ਵੱਜਿਆ। ਟੂਟਿਓ ਖੰਡਾ ਭਇਓ ਦੁਖੰਡ, ਰਾਹਕ ਲੱਖੂ ਰਿਸਿਓ ਪ੍ਰਚੰਡ। ਬਰਛੀ ਦੇ ਉੱਤੇ ਵੱਜਣ ਦੇ ਕਾਰਨ ਜਿਹੜੀ ਕਾਸਮ ਬੇਗ ਦੀ ਤਲਵਾਰ ਸੀ ਉਹ ਟੁੱਟ ਕੇ ਦੋ ਟੋਟੇ ਹੋ ਗਈ। ਉਸ ਵੇਲੇ ਰਾਹਕ ਜਿਹੜਾ ਲੱਖੂ ਸੀ ਨਾ, ਉਹ ਬਹੁਤ ਜ਼ਿਆਦਾ ਪ੍ਰਚੰਡ ਰਿਸਿਆ, ਗੁੱਸੇ ਦੇ ਵਿੱਚ ਆਇਆ। ਰਿਪ ਕੋ ਵਾਰ ਨਿਫਲ ਕਰ ਦੀਨ, ਕਰ ਤੇ ਸਾਂਗ ਪ੍ਰਹਾਰਨ ਕੀਨ। ਭਾਵ ਕੇ ਵੈਰੀ ਦੇ ਵਾਰ ਨੂੰ ਉਸ ਨੇ ਨਿਸਫਲ ਕਰ ਦਿੱਤਾ ਹੈ ਬਰਛੀ ਦੇ ਨਾਲ, ਤੇ ਫਿਰ ਪ੍ਰਹਾਰ ਕੀਤਾ ਸਾਂਗ ਦਾ ਬਰਛੀ ਦਾ। ਲਗ ਛਾਤੀ ਮੈਂ ਵੀ ਦਿਓ ਸਾਰੋ, ਪੁਣ ਝੰਜੋਰ ਭੂਮ ਪਰ ਡਾਰੋ। ਤਿੱਖੀ ਬਰਛੀ ਦਾ ਵਾਰ ਕੀਤਾ, ਜਿਹੜੀ ਬਰਛੀ ਛਾਤੀ ਦੇ ਵਿੱਚ ਕਾਸਮ ਬੇਗ ਦੇ ਵੱਜੀ ਹੈ, ਵਿੰਨ ਕੇ ਸਰੀਰ ਨੂੰ ਪਾਰ ਹੋ ਗਈ ਹੈ। ਉਸ ਵੇਲੇ ਪੁਆਂਟਣੀ ਖਾ ਕੇ ਜਿਹੜਾ ਕਾਸਮ ਬੇਗ ਸੀ ਉਹ ਧਰਤੀ ਦੇ ਉੱਤੇ ਡਿੱਗ ਪਿਆ। ਗੋਰੇ ਹੇਰਤ ਹਰ ਖਾਏ ਉਚਾਰਾ, ਲੱਖੂ ਹੇ ਹਰ ਨੇ ਰਿਪ ਮਾਰਾ। ਜਦੋਂ ਇਸ ਤਰੀਕੇ ਦੇ ਨਾਲ ਲੱਖੂ ਨੇ ਮਾਰ ਦਿੱਤਾ ਕਾਸਮ ਬੇਗ ਨੂੰ, ਦੂਰੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਦੀ ਹਾਲਤ ਦੇ ਵਿੱਚ ਉੱਚੀ ਸਾਰੀ ਬਚਨ ਕੀਤਾ। ਕਹਿੰਦੇ ਨੇ ਲੱਖੂ ਹੇ ਹਰ ਨੇ ਰਿਪ ਮਾਰਾ, ਕਿ ਲੱਖੂ ਹੇ ਹਰ ਨੇ ਵੈਰੀ ਨੂੰ ਮਾਰ ਕੇ ਡੇਗ ਲਿਆ ਹੈ। ਹੇ ਹਰ ਉਸ ਦੇ ਪਿੰਡ ਦਾ ਨਾਮ ਸੀ, ਉਹਦਾ ਨਾਮ ਲੱਖੂ ਸੀ। ਖੁਸ਼ੀ ਪਏ ਦੀ ਨਸ ਬੜਿਆਈ, ਅਵ ਤੁਰ ਕਣ ਕੀ ਕਿਆਮਤ ਆਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਲੱਖੂ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ, ਉਸ ਨੂੰ ਵੱਡੀ ਵਡਿਆਈ ਦਿੱਤੀ, ਤੇ ਕਹਿੰਦੇ ਨੇ ਅਵ ਤੁਰਕਣ ਕੀ ਕਿਆਮਤ ਆਈ, ਮਾਨੋ ਕਿ ਹੁਣ ਤੁਰਕਾਂ ਦੀ ਕਿਆਮਤ ਆ ਗਈ। ਨੰਦ ਸਿੰਘੇਰਾ ਰਣ ਵਿੱਚ ਵਿਚਰਤ, ਮੋਹਰੂ ਰੰਧਾਵਾ ਰਿਪ ਹੱਥ ਹੱਥ। ਇਸ ਤੋਂ ਇਲਾਵਾ ਨੰਦ ਸੰਘੇੜਾ ਇਹ ਵੀ ਰਣ ਦੇ ਵਿੱਚ ਵਿਚਰ ਰਹੇ ਨੇ। ਇਸ ਤੋਂ ਇਲਾਵਾ ਮੋਹਰੂ ਰੰਧਾਵਾ ਗੋਦਾ ਉਹ ਵੀ ਵੈਰੀਆਂ ਨੂੰ ਮਾਰੇ। ਹਰ ਕਿਰਪਾਲ ਜੱਲੂ ਕੋ ਸੂਰ, ਮਰ ਤੁਰਕ ਕਿਨੇ ਬਹੁ ਦੂਰ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਲ ਪਿੰਡ ਦਾ ਰਹਿਣ ਵਾਲਾ ਕਿਰਪਾਲ ਸੂਰਮਾ ਵਿੱਚ ਹੀ ਸ਼ਾਮਲ ਸੀ, ਉਹਨੇ ਵੀ ਬਹੁਤੇ ਸਾਰੇ ਤੁਰਕਾਂ ਨੂੰ ਮਾਰ ਕੇ ਦੂਰ ਕੀਤਾ। ਕਰੀ ਲਥੇਰ ਪਥੇਰ ਬਹੁ, ਕਨੋ ਕਾਲ ਕਮ ਸਾਨ, ਕਰੇ ਪਲਾਵਣ ਤੁਰਕ ਰਣ ਲਿਓ ਛੁਰਾਏ ਮੈਦਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ
ਘਮਸਾਨ ਦਾ ਯੁੱਧ ਕੀਤਾ। ਸਤਿਗੁਰਾਂ ਦੇ ਸਿੰਘਾਂ ਨੇ ਲਥੇਰ ਪਥੇਰ ਰਣ ਭੂਮੀ ਦੇ ਵਿੱਚ ਮਚਾ ਦਿੱਤੀ ਹੈ। ਬਹੁਤੇ ਸਾਰੇ ਤੁਰਕਾਂ ਨੂੰ ਦੌੜਾ ਦਿੱਤਾ ਗਿਆ, ਮੈਦਾਨ ਨੂੰ ਭਾਵ ਕੇ ਮੱਲ ਲਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਜੋਧਾ ਜੋਧ ਪ੍ਰਬੋਧ ਜੁੱਧ ਕਰੇ ਉਥਲ ਪਥਲ ਸ਼ਾਹ ਸਲੇਮ ਸੋਯਨ ਜੁਜੁਤ ਤੁਰਕ ਸਮੂਹ ਦਬਲ। ਕਵੀ ਜੀ ਲਿਖਦੇ ਨੇ ਕਿ ਜੋਧ ਜੋਧ ਪ੍ਰਬੋਧ ਜੁੱਧ ਕਰੇ ਉਥਲ ਪੁਥਲ, ਭਾਵ ਕੇ ਜੁੱਧ ਨੀਤੀ ਦੇ ਗਿਆਤਾ ਭਾਈ ਜੋਧ ਰਾਏ ਨੇ ਸੂਰਮੇ ਨੇ ਸਿਆਣਪ ਦੇ ਨਾਲ ਜੰਗ ਦੇ ਵਿੱਚ ਉਥਲ ਪੁਥਲ ਕਰ ਦਿੱਤੀ। ਸ਼ਾਹ ਸਲੇਮ ਸੋ ਅਣਜ ਜੁੱਤ ਤੁਰਕ ਸਮੂਹ ਦਬਟ, ਭਾਵ ਕੇ ਆਪਣੇ ਛੋਟੇ ਭਰਾ ਸਲੇਮ ਸ਼ਾਹ ਦੇ ਨਾਲ ਮਿਲ ਕੇ ਤੁਰਕਾਂ ਨੂੰ ਬਹੁਤ ਹੀ ਜ਼ਿਆਦਾ ਉਸਨੇ ਮਾਰੇ। ਭਿੱਖ ਮਾਰੇ ਉਹ ਪੁੱਤਰ ਇੱਕ ਲਰਤ ਵੀਰ ਤੁਰਕਾਣ ਸੈਣ ਪਰ ਅਦਕ ਪੀਰ। ਇੱਕ ਸੂਰਮਾ ਪੁੱਤਰ ਲੜਕੇ ਮਰਿਆ ਹੈ ਲੱਲਾ ਵੇਖਦਾ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਤੁਰਕਣ ਸੈਣ ਪਰ ਅਦਕ ਪੀਰ, ਜਦੋਂ ਮਰਿਆ ਵੱਡਾ ਪੁੱਤਰ ਲੱਲਾ ਵੇਖਦਾ ਤੇ ਤੁਰਕਾਂ ਦੀ ਸੈਨਾ ਦੇ ਉੱਤੇ ਬਹੁਤ ਵੱਡੀ ਮੁਸ਼ਕਲ ਆ ਬਣੀ। ਤਬ ਲੱਲਾ ਵੇਗ ਬੜ ਕੋਪ ਧਾਰ ਗੁਰਜੀਤ ਹੋਤ ਸਹਿਣਾ ਸਹਾਰ। ਵੱਡੇ ਪੁੱਤਰ ਦੀ ਮੌਤ ਦੀ ਖਬਰ ਜਦੋਂ ਲੱਲਾ ਵੇਗ ਤੱਕ ਪਹੁੰਚੀ ਹੈ, ਵੱਡੇ ਗੁੱਸੇ ਨੂੰ ਧਾਰਨ ਕੀਤਾ ਹੈ। ਗੁਰਜੀਤ ਹੋਤ ਸਕੈ ਨਾ ਸਹਾਰ, ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਦੀ ਜਿੱਤ ਹੋ ਰਹੀ ਹੈ, ਇਸ ਗੱਲ ਨੂੰ ਲੱਲਾ ਵੇਗ ਸਹਾਰਦਾ ਨੇ। ਜਹਿ ਪਰ ਪੁੱਤਰ ਕੋ ਹੱਥ ਸਰੀਰ ਇੱਕ ਵਾਰ ਪਹੁੰਚ ਬੇਚਹਿਤ ਤੀਰ। ਹੁਣ ਲੱਲਾ ਵੇਗ ਉਸ ਜਗ੍ਹਾ ਦੇ ਉੱਤੇ ਪਹੁੰਚਣਾ ਚਾਹੁੰਦਾ ਹੈ ਜਿੱਥੇ ਕਿ ਮਰ ਕੇ ਉਹਦਾ ਪੁੱਤਰ ਡਿੱਗਿਆ ਹੋਇਆ, ਇੱਕ ਵਾਰ ਉਹਦੇ ਕੋਲ ਜਾਣਾ ਚਾਹੁੰਦਾ ਹੈ। ਮੁਕਤੰਤ ਤੀਰ ਤੋਂ ਮਰ ਉਬਾਰ ਗਮਨੰਤ ਅਗਰ ਕਹਿ ਮਾਰ ਮਾਰ। ਕਵੀ ਜੀ ਲਿਖਦੇ ਨੇ ਕਿ ਤੀਰਾਂ ਨੂੰ ਛੱਡਦਾ ਹੋਇਆ ਸਿੰਘਾਂ ਨੂੰ ਮਾਰਦਾ ਹੋਇਆ ਉਸ ਪਾਸੇ ਨੂੰ ਵੱਧਦਾ ਜਾ ਰਿਹਾ ਜਿੱਥੇ ਕਿ ਉਹਦਾ ਪੁੱਤਰ ਮਰ ਕੇ ਡਿੱਗਾ ਹੋਇਆ। ਨਿਜ ਹਾਰ ਜਾਣ ਬਹੁ ਰਿਸਤ ਵੀਰ ਮੁਗਲਨ ਪਠਾਨ ਮੈਂ ਨੀਕ ਤੀਰ। ਆਪਣੀ ਹਾਰ ਹੁੰਦੀ ਜਾਣ ਕੇ ਲੱਲਾ ਵੇਗ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਗੁੱਸੇ ਦੇ ਵਿੱਚ ਮੱਤਿਆ ਹੋਇਆ। ਮੁਗਲ ਪਠਾਨਨ ਮੈਂ ਨੀਕ ਤੀਰ, ਸਾਰਿਆਂ ਮੁਗਲਾਂ ਪਠਾਨਾਂ ਦੇ ਵਿੱਚੋਂ ਵੱਡੀ ਧੀਰੀ ਨੂੰ ਧਾਰਨ ਕੀਤਾ। ਗੁਰ ਸੂਰ ਵਧੇ ਦੀ ਨੌ ਸੌ ਮੋਰ ਇੱਕ ਵਾਰ ਚੌਂਗ ਮਿਲ ਕੀਨ ਜੋਰ। ਕਵੀ ਜੀ ਲਿਖਦੇ ਨੇ ਕਿ ਇੱਕ ਵਾਰ ਆਪਣੇ ਟੋਲੇ ਦੇ ਨਾਲ ਮਿਲ ਕੇ ਲੱਲਾ ਵੇਗ ਨੇ ਵੱਡਾ ਜ਼ੋਰ ਪਾਇਆ ਹੈ ਕਿ ਭਾਵ ਜਿਹੜੇ ਸਤਿਗੁਰਾਂ ਦੇ ਸੂਰਮੇ ਅੱਗੇ ਵੱਧਦੇ ਆ ਰਹੇ ਸਨ ਉਹਨਾਂ ਨੂੰ ਪਿਛਾਂ ਤੱਕ ਦਿੱਤਾ। ਇੱਕ ਪੁੱਤਰ ਲੋਥ ਮਿਲ ਰਹਿਸ ਧੂਰ ਬਹੁ ਸ਼ੋਕ ਤਾਰ ਜਲ ਨੈਣ ਪੂਰ। ਆਖਿਰਕਾਰ ਸੈਨਾ ਨੂੰ ਚੀਰਦਾ ਹੋਇਆ ਉਸ ਜਗ੍ਹਾ ਦੇ ਉੱਤੇ ਲੱਲਾ ਵੇਗ ਪਹੁੰਚ ਗਿਆ ਜਿੱਥੇ ਕਿ ਉਸ ਦੇ ਪੁੱਤਰ ਦੀ ਲੋਥ ਧੂੜ ਤੇ ਮਿੱਟੀ ਦੇ ਵਿੱਚ ਰੁਲ ਰਹੀ ਸੀ। ਬਹੁ ਸ਼ੋਕ ਤਾਰ ਜਲ ਨੈਣ ਪੂਰ, ਵੇਖ ਕੇ ਲਾਸ਼ ਨੂੰ ਆਪਣੇ ਪੁੱਤਰ ਦੀ ਨੂੰ ਵੱਡੇ ਸੋਗ ਨੂੰ ਧਾਰਨ ਕੀਤਾ, ਅੱਖਾਂ ਦੇ ਵਿੱਚ ਹੰਝੂਆਂ ਦਾ ਪਾਣੀ ਆ ਗਿਆ। ਕੁਛ ਥੇਰੇ ਉਹ ਨਿਕਟ ਨਹੀਂ ਦਿਖ ਸਕਾ ਹੈ
ਜਨ ਫਟ ਤਿਰਦਾ ਬਹੁ ਕਸ਼ਟ ਮਾਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਥੋੜਾ ਚਿਰ ਆਪਣੇ ਪੁੱਤਰ ਦੀ ਲੋਥ ਨੂੰ ਦੇਖਦਾ ਰਿਹਾ, ਫਿਰ ਦੇਖ ਨਹੀਂ ਸਕਦਾ, ਇਸ ਕਰਕੇ ਉੱਥੋਂ ਪਿਛਾਂ ਹਟਿਆ, ਕਿਉਂਕਿ ਜਦੋਂ ਦੇਖਦਾ ਤੇ ਦੁੱਖ ਦੇ ਨਾਲ ਉਹਦਾ ਹਿਰਦਾ ਫਟਦਾ। ਤਬ ਲਾਉ ਸੁਪਾਟ ਜੇਠਾ ਪ੍ਰਚੰਡ ਬਲਬੰਡ ਬੜੋ ਚਿਤ ਚਹਿ ਕਮੰਡ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਭਾਈ ਜੇਠਾ ਜੀ ਜਿਹੜੇ ਕਿ ਪ੍ਰਚੰਡ ਸੂਰਮੇ ਨੇ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ। ਕਰ ਤੁੰਦ ਤੁਰੰਗਮ ਅਗਰ ਜਾਏ ਸਮਦਾਏ ਬਾਣ ਮਾਰੇ ਰਸਾਏ। ਉਸ ਵੇਲੇ ਆਪਣੇ ਘੋੜੇ ਨੂੰ ਤੇਜ ਕਰਕੇ ਭਾਈ ਜੇਠਾ ਜੀ ਨੇ ਬਹੁਤੇ ਸਾਰੇ ਗੁੱਸੇ ਦੇ ਨਾਲ ਤੀਰ ਚਲਾਏ। ਜਹਾਂ ਲੱਲਾ ਬੇਗ ਤਹ ਸਮਖ ਹੋਏ ਰੁਪ ਰਹੇ ਬੀਰ ਸ਼ਤਰੁਣ ਪਰੋਏ। ਜਿੱਥੇ ਲੱਲਾ ਬੇਗ ਰੁਕਿਆ ਸੀ ਉਹਦੇ ਸਾਹਮਣੇ ਗਏ ਨੇ ਭਾਈ ਜੇਠਾ ਜੀ, ਜਿਨ੍ਹਾਂ ਨੇ ਕਿ ਬਹੁਤੇ ਸਾਰੇ ਵਿਆਰੀਆਂ ਨੂੰ ਤੀਰਾਂ ਦੇ ਵਿੱਚ ਪਰੋਇਆ ਸੀ। ਮੁਗਲਾਂ ਵਿੱਚ ਗਰ ਜੋ ਬਿਲੰਦ ਬਿਨ ਤਰਾਸ ਛਤਰ ਗਹਿ ਕਰ ਨਿਕੰਦ। ਮੁਗਲਾਂ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਦੇ ਨਾਲ ਭਾਈ ਜੇਠਾ ਜੀ ਗਰਜੇ ਨੇ, ਬਿਨ ਤਰਾਸ ਸ਼ਸਤਰ ਗਹਿ ਕਰ ਨਿਕੰਦ, ਬਗੈਰ ਕਿਸੇ ਡਰ ਤੋਂ ਨਿਡਰ ਹੋ ਕੇ ਸ਼ਸਤਰਾਂ ਦਾ ਵਾਰ ਕਰ ਰਹੇ ਨੇ ਭਾਈ ਜੇਠਾ ਜੀ। ਚਹਿ ਲੱਲਾ ਬੇਗ ਕੋ ਕਰ ਨਿਕਾਤ ਗਹਿ ਕਰਾ ਚੋਲ ਖੈਚੋ ਰਿਸਾਤ। ਭਾਈ ਜੇਠਾ ਜੀ ਲੱਲਾ ਬੇਗ ਨੂੰ ਮਾਰਨਾ ਚਾਹੁੰਦੇ ਨੇ, ਇਸ ਕਰਕੇ ਉਹਨਾਂ ਨੇ ਆਪਣੀ ਤਲਵਾਰ ਨੂੰ ਗੁੱਸੇ ਦੇ ਨਾਲ ਮਿਆਨ ਚੋਂ ਖਿੱਚੇ। ਹੈ ਪ੍ਰੇਰ ਸਮੁਖ ਕੀਆ ਨੇਰ ਜਾਏ ਸਿਰ ਕੋ ਪ੍ਰਹਾਰ ਦੀਨੋ ਚਲਾਏ। ਆਪਣੇ ਘੋੜੇ ਨੂੰ ਸਾਹਮਣੇ ਪ੍ਰੇਰ ਕੇ ਲੱਲਾ ਬੇਗ ਦਾ ਨੇੜਾ ਕੀਤਾ ਭਾਈ ਜੇਠਾ ਨੇ। ਸਿਰ ਕੋ ਪ੍ਰਹਾਰ ਦੀਨੋ ਚਲਾਏ, ਸਿਰ ਦੇ ਵਾਰ ਨੂੰ ਤੱਕ ਕੇ ਉਹਨਾਂ ਨੇ ਆਪਣੀ ਤਲਵਾਰ ਚਲਾ ਦਿੱਤੀ। ਲੱਗ ਗਇਓ ਲੋਹ ਪਰ ਨਿਫਲ ਘਾਤ ਤਬ ਲੱਲਾ ਬੇਗ ਪੁਰ ਬਹੋਰ ਸਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਭਾਈ ਜੇਠਾ ਜੀ ਨੇ ਸਿਰ ਦਾ ਵਾਰ ਤੱਕ ਕੇ ਵਾਰ ਕੀਤਾ ਹੈ ਲੱਲਾ ਬੇਗ ਦੇ ਉੱਤੇ ਤਲਵਾਰ ਦਾ, ਪਰ ਤਲਵਾਰ ਜਾ ਕੇ ਉਹਦੀ ਸੰਜੋ ਤੇ ਟਿਕ ਗਈ ਹੈ, ਇਸ ਕਰਕੇ ਭਾਵ ਕੇ ਭਾਈ ਜੇਠਾ ਜੀ ਦਾ ਕੀਤਾ ਹੋਇਆ ਜਿਹੜਾ ਵਾਰ ਸੀ ਨਾ, ਉਹ ਨਿਸਫਲ ਚਲਾ ਗਿਆ, ਬੇਅਸਰਾ ਚਲਾ ਗਿਆ। ਲੱਲਾ ਬੇਗ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਭਰਿਆ। ਨਿਜ ਖੜਗ ਖੈਚ ਕੀ ਨਸ ਪ੍ਰਹਾਰ ਹੈ ਚਪਲ ਹੋਤ ਕੇ ਲਗ ਸਵਾਰ। ਆਪਣੀ ਤਲਵਾਰ ਨੂੰ ਮਿਆਨ ਦੇ ਵਿੱਚੋਂ ਖਿੱਚ ਕੇ ਫਿਰ ਲੱਲਾ ਬੇਗ ਨੇ ਪ੍ਰਹਾਰ ਕੀਤਾ ਹੈ, ਜਿਹੜਾ ਵਾਰ ਹੈ ਚਪਲ ਹੋਤ ਕੇ ਲਗ ਸਵਾਰ, ਭਾਵ ਕੇ ਜੇਠਾ ਜੀ ਦੇ ਘੋੜੇ ਨੂੰ ਚੱਲਿਆ ਹੋਇਆ ਵਾਰ ਲੱਲਾ ਬੇਗ ਦਾ ਲੱਗ ਗਿਆ। ਕੁਛ ਤਨਕ ਕਾਵ ਸ਼੍ਰੋਣਤ ਚਲੰਤ ਜੇਠਾ ਸੁਬੀਰ ਜੇਠਾ ਲਰੰਤ। ਥੋੜਾ ਜਿਹਾ ਕਾਵ ਜ਼ਖਮ ਲੱਗਾ ਭਾਈ ਜੇਠਾ ਜੀ ਦੇ ਘੋੜੇ ਨੂੰ, ਲਹੂ ਡੁੱਲਿਆ ਘੋੜੇ ਦੇ ਸਰੀਰ ਦੇ ਵਿੱਚੋਂ। ਜੇਠਾ ਸੁਬੀਰ ਜੇਠਾ ਲਰੰਤ, ਭਾਵ ਕੇ ਬੜਾ ਸੂਰਮਾ ਹੋ ਕੇ ਭਾਈ ਜੇਠਾ ਜੀ ਲੜ ਰਹੇ। ਇਹ ਮਖੜਗ ਚਲਤ ਮੁਗਲਾਣ ਦੇਖ ਸਭ ਪਰੇ ਆਣ ਓਰੜ ਵਸੇਖ। ਜਦੋਂ ਇਸ ਤਰੀਕੇ ਦੇ ਨਾਲ ਲੱਲਾ ਬੇਗ ਦਾ ਤੇ ਭਾਈ ਜੇਠਾ ਜੀ ਦਾ ਯੁੱਧ ਹੋਣ ਲੱਗਾ, ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਵਿਸ਼ੇਸ਼ ਜਿਹੜੇ ਵੈਰੀ ਸਨ ਉਹ ਇਕੱਠੇ ਹੀ ਆਣ ਕੇ ਭਾਈ ਜੇਠਾ ਨੂੰ ਪੈ ਗਏ।
ਕਹਿ ਖੜਗ ਤੁਪਕ ਨੇਜਾ ਉਭਾਰ, ਸਭ ਪਰੇ ਜਾਏ ਕਹਿ ਮਾਰ ਮਾਰ। ਕਿਸੇ ਨੇ ਤਲਵਾਰ ਨੂੰ ਸਾਂਭਿਆ ਹੈ, ਕਿਸੇ ਨੇ ਬੰਦੂਕ ਨੂੰ ਸਾਂਭਿਆ ਹੈ, ਕਿਸੇ ਨੇ ਨੇਜੇ ਨੂੰ ਉਭਾਰਿਆ ਤੇ ਸਾਰੇ ਮਾਰੋ ਮਾਰ ਕਰਦੇ ਹੋਏ ਸਾਹਮਣੇ ਆਏ। ਕਿਰ ਗਯੋ ਵੀਰ ਇਕ ਸਬਨ ਮਾਹੇ, ਮੁਖ ਸ਼ਮਸ ਸੇਤ ਬੜ ਬੈਸ ਜਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਜੇਠਾ ਜੀ ਸਾਰਿਆਂ ਵੈਰੀਆਂ ਦੇ ਵਿੱਚ ਇਸ ਵੇਲੇ ਘੇਰੇ ਜਾ ਚੁੱਕੇ ਨੇ। ਮੁਖ ਸ਼ਮਸ ਸੇਤ ਬੜ ਬੈਸ ਜਾਹੇ। ਕਵੀ ਜੀ ਲਿਖਦੇ ਨੇ ਕਿ ਮੂੰਹ ਦੇ ਉੱਤੇ ਚਿੱਟਾ ਦਾੜਾ ਹੈ, ਵੱਡੀ ਉਮਰ ਦੇ ਮਾਲਕ ਨੇ ਭਾਈ ਜੇਠਾ। ਇੱਕ ਅਲੀ ਬੇਗ ਤੋਂ ਮਰੀ ਉਬਾਰ, ਹੋਏ ਬਾਮ ਦਿਸ਼ਾ ਕਿਨੋ ਪ੍ਰਹਾਰ। ਕਵੀ ਜੀ ਲਿਖਦੇ ਨੇ ਕਿ ਤੁਰਕਾਂ ਦੀ ਸੈਨਾ ਦੇ ਵਿੱਚ ਇੱਕ ਅਲੀ ਬੇਗ ਦਾ ਸੂਰਮਾ ਸੀ, ਜਿਹਨੇ ਆਪਣੇ ਬਰਛੇ ਨੂੰ ਉੱਚਾ ਉਭਾਰਿਆ ਹੈ, ਖੱਬਾ ਪਾਸਾ ਤੱਕ ਕੇ ਭਾਈ ਜੇਠਾ ਦੇ ਉੱਤੇ ਉਸਨੇ ਵਾਰ ਕੀਤਾ। ਲਗ ਗਯੋ ਬੱਬਰ ਫੋਰਿਓ ਬੇਸਾਲ, ਪੁਨ ਚਲਿਓ ਕੁਛ ਕਰ ਮਨੋ ਮਾਰ। ਜਦੋਂ ਹੀ ਉਸਨੇ ਆਪਣੇ ਬਰਛੇ ਦਾ ਵਾਰ ਕੀਤਾ ਤੇ ਬੱਬਰ ਭਾਵ ਕੇ ਪਸਰੀਆਂ ਦਾ ਪਿੰਜਰ ਭਾਈ ਜੇਠਾ ਜੀ ਦਾ ਟੁੱਟ ਗਿਆ। ਪੁਨ ਚਲਿਓ ਕਾਢ ਕਰ ਮਨੋ ਮਾਰ, ਮਨੋ ਮਾਰ ਲਿਆ। ਇਸ ਤਰ੍ਹਾਂ ਉਸ ਵੈਰੀ ਨੇ ਜਾਣਿਆ। ਬਹੁ ਕ੍ਰੋਧ ਹਿਰਦੈ ਨਹੀਂ ਕਾਵ ਜਾਨ, ਤੇਹ ਗੈਲ ਹੋਏ ਕਰ ਹੱਥ ਕਿਰਪਾਨ। ਕਵੀ ਜੀ ਲਿਖਦੇ ਨੇ ਕਿ ਆਪਣੇ ਘਾਵ ਨੂੰ, ਆਪਣੇ ਜ਼ਖਮ ਨੂੰ ਜਰਾ ਵੀ ਭਾਈ ਜੇਠਾ ਜੀ ਨੇ ਵਿਚਾਰਿਆ ਨਹੀਂ, ਕ੍ਰੋਧ ਦੇ ਨਾਲ ਉਸ ਮਾਰਨ ਵਾਲੇ ਦਾ ਪਿੱਛਾ ਕੀਤਾ ਤੇ ਜਾ ਕੇ ਕਿਰਪਾਨ ਦਾ ਵਾਰ ਕੀਤਾ। ਸੋ ਲਯੋ ਗੇਰ ਕਰ ਪ੍ਰਾਣ ਨਾਸ਼, ਬਹੁ ਤੁਰ ਕੇ ਆਣ ਕਰ ਟੁਕੇ ਪਾਸ। ਕਿਰਪਾਨ ਦਾ ਵਾਰ ਕਰਕੇ ਭਾਈ ਜੇਠਾ ਜੀ ਨੇ ਉਸ ਅਲੀ ਬੇਗ ਨੂੰ ਮਾਰ ਦਿੱਤਾ, ਪ੍ਰਾਣਾ ਤੋਂ ਸੱਖਣਾ ਕਰ ਦਿੱਤਾ। ਬਹੁ ਤੁਰ ਕੇ ਆਣ ਕਰ ਟੁਕੇ ਪਾਸ, ਇੰਨੇ ਚਿਰ ਨੂੰ ਹੋਰ ਵੀ ਜ਼ਿਆਦਾ ਤੁਰਕ ਭਾਈ ਜੇਠਾ ਜੀ ਦੇ ਲਾਗੇ ਢੁੱਕ ਪਏ। ਤਿੰਨ ਕੇ ਪ੍ਰਹਾਰ ਬਹੁ ਖਾਏ ਖਾਏ, ਪੁਨ ਪਹੁੰਚ ਪਹੁੰਚ ਰੇ ਪਕਾਏ ਕਾਏ। ਕਵੀ ਜੀ ਲਿਖਦੇ ਨੇ ਕਿ ਵੈਰੀਆਂ ਦੇ ਪ੍ਰਹਾਰਾਂ ਨੂੰ, ਉਹਨਾਂ ਦੇ ਵਾਰਾਂ ਨੂੰ ਖਾ ਖਾ ਕੇ ਫਿਰ ਅੱਗੇ ਵੱਧ ਵੱਧ ਕੇ ਉਹ ਬਹੁਤੇ ਸਾਰੇ ਵੈਰੀਆਂ ਨੂੰ ਮਾਰਦਾ ਰਿਹਾ। ਤਬ ਗਿਰਿਓ ਆਪ ਬਹੁ ਰਿਪਣ ਮਾਰ, ਚੜ ਗਾ ਵਿਮਾਨ ਬੜੋ ਮੋਦ ਤਾਰ। ਆਖਿਰਕਾਰ ਕਿੰਨਾ ਕੁ ਚਿਰ ਤੱਕ ਭਾਈ ਜੇਠਾ ਜੀ ਲੜ ਸਕਦੇ ਸਨ? ਕਵੀ ਜੀ ਲਿਖਦੇ ਨੇ ਕਿ ਵੈਰੀਆਂ ਦੇ ਹੱਥੋਂ ਆਖਿਰਕਾਰ ਲੜਦਿਆਂ ਲੜਦਿਆਂ ਭਾਈ ਜੇਠਾ ਜੀ ਸ਼ਹੀਦੀ ਨੂੰ ਪ੍ਰਾਪਤ ਕਰ ਗਏ ਨੇ। ਚੜ ਗਾ ਵਿਮਾਨ ਬੜੋ ਮੋਦ ਤਾਰ। ਆਖਿਰਕਾਰ ਕਵੀ ਜੀ ਲਿਖਦੇ ਨੇ ਕਿ ਭਾਈ ਜੇਠਾ ਜੀ ਦੀ ਜੀਵ ਆਤਮਾ ਸੋਹਣੇ ਵਿਮਾਨਾਂ ਦੇ ਵਿੱਚ ਚੜ ਕੇ ਸੱਚ ਖੰਡ ਦੇ ਵੱਲ ਗਈ ਹੈ, ਕਿਉਂਕਿ ਜਿਹੜਾ ਵੀ ਸੂਰਮਾ ਵੀਰ ਗਤੀ ਦੇ ਨਾਲ ਲੜਦਾ ਹੋਇਆ ਵੀਰ ਗਤੀ ਨੂੰ ਸ਼ਹਾਦਤ ਨੂੰ ਪ੍ਰਾਪਤ ਕਰਦਾ ਹੈ, ਉਹਨੂੰ ਉੱਚੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਭਾਵੇਂ ਉਹ ਤੁਰਕ ਹੋਵੇ ਤੇ ਭਾਵੇਂ ਸਿੰਘ ਹੋਵੇ। ਹੁਣ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਬਿਆਨ ਦਿੱਤਾ ਹੈ ਕਿ ਵੀਰ ਗਤੀ ਨੂੰ ਪ੍ਰਾਪਤ ਹੋਏ ਨੇ ਭਾਈ ਜੇਠਾ ਜੀ, ਜਿਨ੍ਹਾਂ ਦੀ ਜੀਵ ਆਤਮਾ ਵਿਮਾਨਾਂ ਦੇ ਵਿੱਚ ਚੜ ਕੇ ਗਈ। ਪਿਖ ਲੱਲਾ ਬੇਗ ਬਿਸਮਿਓ ਬਿਲੰਦ, ਬਹੁ ਲਰਿਓ ਬਹਾਦਰ ਓਜ ਬੰਦ। ਕਵੀ ਜੀ ਲਿਖਦੇ ਨੇ ਕਿ ਭਾਵੇਂ ਕਿ ਮਾਰ ਲਿਆ ਗਿਆ ਹੈ ਭਾਈ ਜੇਠਾ ਨੂੰ, ਪਰ ਤਾਂ ਵੀ ਲੱਲਾ ਬੇਗ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਬਹੁ ਲਰਿਓ ਬਹਾਦਰ ਓਜ ਬੰਦ, ਸੋਚਦਾ ਹੈ ਕਿ ਗੁਰੂ ਦਾ ਇੱਕ ਸਿੱਖ ਵੱਡੀ ਵੀਰਤਾ ਦੇ ਨਾਲ ਲੜਿਆ। ਗੁਰ ਸਪੱਟ ਬੜੇ ਲਸ਼ਕਰ ਖਪਾਏ, ਹੋਏ ਟੂਕ ਟੂਕ ਹੈ ਜੁੱਤ ਨਸਾਏ। ਸੋਚਦਾ ਹੈ
ਕਿ ਗੁਰੂ ਦੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਇਹ ਵੱਡੇ ਲਸ਼ਕਰ ਨੂੰ ਇਸੇ ਕਰਕੇ ਖਪਾਉਂਦੇ ਨੇ। ਹੋਏ ਟੂਕ ਟੂਕ ਹੈ ਜੁਤਨ ਸਾਹੇ, ਭਾਵ ਕੇ ਟੋਟੇ ਟੋਟੇ ਹੋ ਜਾਂਦੇ ਨੇ ਪਰ ਪਛਾਣ ਨਹੀਂ ਹਟਦੇ, ਇਸੇ ਕਰਕੇ ਬਹੁਤੀ ਮੇਰੀ ਸੈਨਾ ਨੂੰ ਇਹਨਾਂ ਨੇ ਮਾਰ ਦਿੱਤਾ। ਬਿਨ ਤਰਾਸ ਲੜਤ ਨਹੀਂ ਗਿਣੈ ਬ੍ਰਿੰਦ, ਬਹੁ ਤੁਰਕ ਮਾਰ ਗਰਜਤ ਬਿਲੰਦ। ਲੱਲਾ ਬੇਗ ਸੋਚਦਾ ਹੈ ਕਿ ਬਗੈਰ ਡਰ ਤੋਂ ਇਹ ਸਾਰੇ ਦੇ ਸਾਰੇ ਲੜਦੇ ਨੇ, ਗਿਣੈ ਨਾ ਬ੍ਰਿੰਦ, ਭਾਵ ਕੇ ਕਿੰਨਿਆਂ ਦੇ ਨਾਲ ਅਸੀਂ ਲੜ ਰਹੇ ਹਾਂ। ਇਸ ਗੱਲ ਦੀ ਗੁਰੂ ਦੇ ਸਿੰਘ ਗਿਣਤੀ ਨਹੀਂ ਕਰਦੇ, ਜਿੰਨੇ ਵੀ ਸਾਹਮਣੇ ਆ ਜਾਂਦੇ ਨੇ ਉਹਨਾਂ ਦੇ ਨਾਲ ਹੀ ਲੜਦੇ ਨੇ। ਬਹੁ ਤੁਰਕ ਮਾਰ ਗਰਜਤ ਬਿਲੰਦ, ਬਹੁਤਿਆਂ ਤੁਰਕਾਂ ਨੂੰ ਇਕੱਲਾ ਇਕੱਲਾ ਹੀ ਗੁਰੂ ਦਾ ਸਿੰਘ ਮਾਰ ਦਿੰਦਾ ਹੈ ਗਰਜ ਕੇ। ਇਮ ਗੁਰੂ ਕਿਰੈ ਜਬ ਬੀਚ ਆਏ, ਗਹਿਲੇ ਕੇਰ ਕਿਮ ਜਾਨ ਪਾਏ। ਵਿਉਂਤਾ ਸੋਚਦਾ ਹੈ ਲੱਲਾ ਬੇਗ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਗੁਰੂ ਦੇ ਸਿੰਘ ਇਸੇ ਤਰੀਕੇ ਦੇ ਨਾਲ ਲੜਦੇ ਨੇ ਤੇ ਮੈਨੂੰ ਇਹ ਵੀ ਯਕੀਨ ਹੈ ਕਿ ਗੁਰੂ ਵੀ ਇਸੇ ਤਰੀਕੇ ਦੇ ਨਾਲ ਲੜਦਾ ਹੋਵੇਗਾ, ਜਿਵੇਂ ਕਿ ਜੇਠਾ ਜੀ ਨੂੰ ਭਾਵੇਂ ਬਹੁਤਿਆਂ ਸਾਰਿਆਂ ਨੇ ਘੇਰ ਲਿਆ ਪਰ ਉਹਨੇ ਆਪਣੇ ਹੌਸਲੇ ਨੂੰ ਨਹੀਂ ਛੱਡਿਆ। ਇਸੇ ਤਰੀਕੇ ਦੇ ਨਾਲ ਜੇਕਰ ਗੁਰੂ ਨੂੰ ਵੀ ਘੇਰਾ ਪਾਇਆ ਜਾਵੇਗਾ ਤੇ ਉਹ ਵੀ ਇਕੱਲਾ ਹੀ ਇਸੇ ਤਰੀਕੇ ਦੇ ਨਾਲ ਬਹੁਤਿਆਂ ਦੇ ਨਾਲ ਲੜੇਗਾ। ਜੇ ਕਰਤ ਬਹੁ ਸ਼ਸਤਰਨ ਪ੍ਰਹਾਰ, ਹਥਿਆਰ ਮਾਰਦਾ ਹੈ ਸੰਘਾਰ। ਪਰ ਕਹਿੰਦਾ ਹੈ ਕਿ ਜੇਕਰ ਜੇਠੇ ਦੀ ਤਰ੍ਹਾਂ ਗੁਰੂ ਨੂੰ ਘੇਰਾ ਪਾ ਲਿਆ ਗਿਆ ਤੇ ਕਿੰਨਿਆਂ ਕੁ ਨੂੰ ਮਾਰੇਗਾ, ਕਿੰਨਾ ਕੁ ਸ਼ਸਤਰਾਂ ਦਾ ਪ੍ਰਹਾਰ ਕਰੇਗਾ, ਆਖਿਰਕਾਰ ਜੇਠੇ ਦੇ ਵਾਂਗ ਇਸ ਗੁਰੂ ਨੂੰ ਵੀ ਮਾਰ ਦਿੱਤਾ ਜਾਵੇਗਾ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਵੱਡਾ ਘੇਰਾ ਪਾ ਕੇ ਜਿਉਂਦਿਆਂ ਹੀ ਗੁਰੂ ਨੂੰ ਫੜ ਲਿਆ ਜਾਵੇ। ਇਤ ਪਾਇਓ ਜੋਧ ਜੇਠੇ ਪ੍ਰਚੰਡ, ਗੁਰਪੁਰੀ ਪਹੁੰਚ ਹੋਏ ਖੰਡ ਖੰਡ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਭਾਈ ਜੇਠਾ ਜੀ ਨੇ ਪ੍ਰਚੰਡ ਵੱਡਾ ਯੁੱਧ ਕੀਤਾ ਤੇ ਆਖਰਕਾਰ ਸ਼ਹਾਦਤ ਨੂੰ ਪ੍ਰਾਪਤ ਕਰਕੇ ਗੁਰੂ ਦੀ ਪੁਰੀ ਦੇ ਵਿੱਚ ਟੋਟੇ ਟੋਟੇ ਹੋ ਕੇ ਪਹੁੰਚ ਗਏ। ਉਤ ਜਾਤੀ ਮਲਕ ਰਸਾਇ ਤਾਏ, ਸ਼ਮਸ ਬੇਗ ਤਹ ਅਗਰ ਜਾਏ। ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਹੜਾ ਸਤਿਗੁਰਾਂ ਦਾ ਸਿੰਘ ਜਾਤੀ ਮਲਕ ਹੈ ਉਹਨੇ ਗੁੱਸੇ ਨੂੰ ਧਾਰਨ ਕੀਤਾ ਤੇ ਲੱਲਾ ਬੇਗ ਦੇ ਛੋਟੇ ਪੁੱਤਰ ਜਿਹਦਾ ਨਾਮ ਸ਼ਮਸ ਬੇਗ ਹੈ ਉਹਦੇ ਵੱਲ ਵਧੇ। ਟਕ ਨੇਰ ਮਲਕ ਜਾਤੀ ਰਸਾਏ, ਪਿਖ ਸ਼ਮਸ ਬੇਗ ਕੇ ਕਾਲ ਕਾਏ। ਮਲਕ ਜਾਤੀ ਨੇ ਗੁੱਸੇ ਨੂੰ ਧਾਰਨ ਕਰਕੇ ਸ਼ਮਸ ਬੇਗ ਦਾ ਨੇੜਾ ਕੀਤਾ, ਪਿਖ ਸ਼ਮਸ ਬੇਗ ਕੈ ਕਾਲ ਕਾਏ। ਸ਼ਮਸ ਬੇਗ ਨੇ ਵੀ ਜਾਤੀ ਮਲਕ ਨੂੰ ਵੇਖਿਆ ਤੇ ਯੁੱਧ ਕਰਨ ਲੱਗਾ। ਕਰ ਢਾਲ ਅਗਰ ਨਿਜ ਕੋ ਬਚਾਏ, ਹੋਏ ਗਯੋ ਦੂਰ ਬਾਜ਼ੀ ਤਵਾਏ। ਜਾਤੀ ਮਲਕ ਨੇ ਵਾਰ ਕੀਤਾ ਸ਼ਮਸ ਬੇਗ ਦੇ ਉੱਤੇ ਪਰ ਢਾਲ ਦੇ ਉੱਤੇ ਵਾਰ ਨੂੰ ਬਚਾ ਕੇ ਉਹ ਆਪਣੇ ਘੋੜੇ ਨੂੰ ਦੌੜਾ ਕੇ ਪਛਾਣ ਲੈ ਗਏ। ਤਬ ਆਪਣੋ ਆਪ ਕੋ ਬਲ ਸੰਭਾਲ, ਬਲਵਾਨ ਬਾਜ ਤੇ ਕਰ ਉਤਾਰ। ਆਪਣੇ ਆਪ ਦਾ ਬਲ ਸੰਭਾਲ ਕੇ ਸ਼ਮਸ ਬੇਗ ਜਿਹੜਾ ਕਿ ਬਲਵਾਨ ਹੈ ਉਹਨੇ ਆਪਣੇ ਬਾਜ ਨੂੰ ਆਪਣੇ ਘੋੜੇ ਨੂੰ ਤੇਜ ਕੀਤਾ। ਟਿਗ ਪਇਓ ਆਏ ਕਰ ਖੜਗ ਨੰਗ, ਕਰ ਕੋਈ ਉਬਾਰ ਬਡ ਬੇਗ ਸੰਗ। ਆਪਣੀ ਤਲਵਾਰ ਨੂੰ ਨੰਗਾ ਕਰਕੇ ਲਾਗੇ ਆਇਆ ਹੈ ਜਾਤੀ ਮਲਕ ਦੇ। ਕਰ ਕੋਈ ਉਬਾਰ ਬਡ ਬੇਗ ਸੰਗ, ਆਪਣੇ ਹੱਥ ਨੂੰ ਉਭਾਰਿਆ ਹੈ ਵੱਡੇ ਵੇਗ ਦੇ ਨਾਲ, ਵੱਡੀ ਕਾਹਲੀ ਦੇ ਨਾਲ। ਇਸ ਤਰੀਕੇ ਦੇ ਨਾਲ ਹੁਣ ਇਸ ਵੇਲੇ ਜਾਤੀ ਮਲਕ ਦਾ
ਤੇ ਲਲਾ ਬੇਗ ਦਾ ਛੋਟਾ ਜਿਹੜਾ ਸ਼ਮਸ ਬੇਗ ਲੜਕਾ ਹੈ, ਇਹਨਾਂ ਦੋਵਾਂ ਦਾ ਯੁੱਧ ਹੋ ਰਿਹਾ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਅੱਗੇ ਯੁੱਧ ਨੂੰ ਬਿਆਨ ਕਰਨਗੇ ਕਵੀ ਸੰਤੋਖ ਸਿੰਘ ਜੀ, ਮੈਂ ਉਸਦੇ ਪ੍ਰਸੰਗ ਨੂੰ ਕੱਲ ਸਮੇਂ ਦੇ ਵਿੱਚ ਅਰਜ ਕਰਾਂਗਾ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।